ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਅਤੇ ਗੁੱਡ ਆਫਟਰਨੂਨ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਨਿਕ ਬਾਟ, ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਕਾਰੋਬਾਰ ਪੰਜਾਬੀਆਂ ਦੇ। ਹਰ ਹਫ਼ਤੇ ਦੀ ਤਰ੍ਹਾਂ ਬੁੱਧਵਾਰ ਨੂੰ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਕਾਰੋਬਾਰ ਪੰਜਾਬੀਆਂ ਦੇ, ਜਿਸ ਦੇ ਵਿੱਚ ਅਸੀਂ ਤੁਹਾਨੂੰ ਹਰ ਹਫ਼ਤੇ ਵੱਖਰੇ ਵੱਖਰੇ ਕਾਰੋਬਾਰ, ਵੱਖਰੇ ਵੱਖਰੇ ਬਿਜ਼ਨਸ ਅਤੇ ਵੱਖਰੇ ਵੱਖਰੇ ਈਵੈਂਟਸ, ਜਿਸ ਦੇ ਵਿੱਚ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਕਿ ਮਾਹੌਲ ਚੱਲ ਰਿਹਾ, ਜਿਸ ਦੇ ਵਿੱਚ ਕਿ ਕਿਸਾਨ ਰੈਲੀਜ਼ ਦਾ ਕਾਫੀ ਯੋਗਦਾਨ ਹੈ, ਜਿਸ ਦੇ ਵਿੱਚ ਕਾਫੀ ਸਮਰਥਨ ਕੀਤਾ ਜਾ ਰਿਹਾ ਹੈ ਹਰ ਵਰਗ ਵੱਲੋਂ, ਜਿਸ ਦੇ ਵਿੱਚ ਕਿ ਪਿਛਲੇ ਦਿਨੀਂ ਫਿਲਾਡਲਫੀਆ ਵਿਖੇ ਯੂਥ, ਜਿਹੜੇ ਸਾਡੇ ਟ੍ਰਾਈ ਸਟੇਟ ਦੇ ਜਿਹੜੇ ਨੌਜਵਾਨ ਨੇ, ਉਹਨਾਂ ਨੇ ਇੱਕ ਹਿੰਮਤ ਮਾਰੀ ਅਤੇ ਇੱਕ ਬਹੁਤ ਵਿਸ਼ਾਲ ਰੈਲੀ, ਜਿਹੜੀ ਕਾਰ ਰੈਲੀ ਜਿਹੜੀ ਹੈਗੀ ਆ, ਉਹ ਫਿਲਾਡਲਫੀਆ ਵਿਖੇ ਅੱਪਰ ਡਰਪੀ ਤੋਂ, ਫਿਲਾਡਲਫੀਆ ਸਿੱਖ ਸੁਸਾਇਟੀ ਤੋਂ ਚੱਲ ਕੇ ਜਿਹੜੀ ਕਿ ਸਿਟੀ ਹਾਲ ਤੋਂ ਹੁੰਦੀ ਹੋਈ ਆਰਟ ਮਿਊਜ਼ੀਅਮ ਤੱਕ ਪਹੁੰਚੀ। ਅਤੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਈਵੈਂਟ ਹੈਗਾ ਆ, ਜਾਂ ਤੁਹਾਡਾ ਹੋਰ ਵੀ ਕੋਈ ਬਿਜ਼ਨਸ ਹੈਗਾ, ਕੋਈ ਵੀ ਕਾਰੋਬਾਰ ਹੈਗਾ ਵਾ, ਉਸ ਨੂੰ ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਦਿਖਾਉਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ info@justbroadcasting.com ਦੇ ਉੱਪਰ, ਜਾਂ ਫਿਰ nick@justbroadcasting.com ਦੇ ਉੱਪਰ, ਜਾਂ ਫਿਰ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਕਾਲ ਰਾਹੀਂ ਗੱਲਬਾਤ ਕਰਨੀ ਚਾਹੁੰਦੇ ਹੋ, ਸਾਡੇ ਇਹ ਜਿਹੜੇ ਨੌਜਵਾਨ ਪੀੜ੍ਹੀ ਜਿਹੜੇ ਕਿ ਜਿਸ ਦੇ ਵਿੱਚ ਕਿ ਮੈਂ ਤਾਂ ਕਹਾਂਗਾ ਕਿ ਇੱਕ ਛੋਟੇ ਸਕੂਲ ਲੈਵਲ ਤੋਂ, ਪ੍ਰਾਇਮਰੀ ਸਕੂਲ ਲੈਵਲ ਤੋਂ ਲੈ ਕੇ ਅਤੇ ਯੂਨੀਵਰਸਿਟੀ ਲੈਵਲ ਤੱਕ ਦੇ ਜਿਹੜੇ ਬੱਚਿਆਂ ਨੇ, ਸਟੂਡੈਂਟਸ ਨੇ, ਜਾਂ ਹੋਰ ਕਿੱਤਿਆਂ ਨਾਲ ਜੁੜੇ ਜਿੰਨੇ ਵੀ ਨੌਜਵਾਨ ਸੀਗੇ, ਉਹਨਾਂ ਨੇ ਜਿਹੜਾ ਭਾਗ ਲਿਆ ਵਾ, ਇੱਕ ਜੋਸ਼ ਭਰੀ ਰੈਲੀ ਇੱਕ ਕਾਇਮ ਕੀਤੀ ਫਿਲਾਡਲਫੀਆ ਦੇ ਵਿੱਚ, ਪੂਰੇ ਰੂਲ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਜ਼ਰੂਰ ਅੱਜ ਕਾਲ ਕਰਿਓ। ਦੂਜੇ ਅਤੇ ਚੌਥੇ ਸੈਗਮੈਂਟਸ ਦੇ ਵਿੱਚ ਅਸੀਂ ਪਹਿਲੀ ਬ੍ਰੇਕ ਤੋਂ ਬਾਅਦ ਅਤੇ ਦੂਜੀ ਬ੍ਰੇਕ ਤੋਂ ਬਾਅਦ ਅਸੀਂ ਕੌਲਾਂ ਲਵਾਂਗੇ, ਉਸ ਦੇ ਵਿੱਚ ਅਸੀਂ ਕੌਲਾਂ ਲਵਾਂਗੇ ਅਤੇ ਜ਼ਰੂਰ ਕੌਲਾਂ ਰਾਹੀਂ ਜੁੜ ਕੇ ਅਤੇ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਆਪਾਂ ਕਰਨੀ ਹੈ, ਜਿਨ੍ਹਾਂ ਨੇ ਇਹ ਐਡੀ ਵਿਸ਼ਾਲ ਜਿਹੜੀ ਇੱਕ ਕਾਰ ਰੈਲੀ ਫਿਲਾਡਲਫੀਆ ਦੇ ਵਿੱਚ ਆਯੋਜਿਤ ਕੀਤੀ। ਅਤੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਰੈਲੀ ਦੇ ਵਿੱਚ ਇੰਨੀ ਜ਼ਿਆਦਾ ਠੰਡ ਸੀਗੀ ਕਿ ਜਿੱਥੇ ਮੈਂ ਵੀ ਉਸ ਜਗ੍ਹਾ ਦੇ ਉੱਪਰ ਜਾ ਕੇ ਜਿੰਨੀ ਕੁ ਵੀ ਕਵਰੇਜ ਕਰ ਸਕਿਆ ਕੀਤੀ, ਜਿੰਨੀ ਕੁ ਵੀ ਦਿਖਾ ਸਕਾਂਗੇ ਦਰਸ਼ਕੋ ਦਿਖਾਵਾਂਗੇ, ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ, ਬਾਰਿਸ਼ ਵੀ ਆ ਗਈ ਸੀ, ਸੋ ਉਸ ਬਾਰਿਸ਼ ਦੇ ਵਿੱਚ ਕਾਫੀ ਪ੍ਰੋਬਲਮ ਵੀ ਆਈ, ਈਵਨ ਕਿ ਫ੍ਰੀਜਿੰਗ ਰੇਲ ਸੀਗੀ, ਰੇਨ ਸੀਗੀ, ਪਰ ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ, ਖਾਸ ਕਰਕੇ ਮੈਂ ਆਪਣੇ ਵੱਲੋਂ, ਕਿਉਂਕਿ ਇੱਥੋਂ ਲੋਕਲ ਮਾਰਕੀਟ 'ਚੋਂ ਹਾਂ, ਮੈਂ ਲੋਕਲ ਏਰੀਏ 'ਚੋਂ ਹਾਂ, ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਨੂੰ ਮੈਂ ਰਿਪ੍ਰੈਜੈਂਟ ਕਰਦਾ ਵਾਂ, ਅਤੇ ਸਾਡੇ ਸ਼ਹਿਰ ਦੇ ਵਿੱਚ ਐਡਾ ਵਿਸ਼ਾਲ ਰੈਲੀ ਜਿਹੜੀ ਇੱਕ ਨੌਜਵਾਨਾਂ ਵੱਲੋਂ ਕੱਢੀ ਗਈ ਆ, ਉਸਦੇ ਵਿੱਚ ਮੈਂ ਜਿਨ੍ਹਾਂ ਨੇ ਵੀ ਵਿੱਚ ਯੋਗਦਾਨ ਪਾਇਆ, ਜਿੱਥੇ ਯੂਥ ਸੀਗੇ ਉੱਥੇ ਸਾਡੀ ਲੋਕਲ ਪੁਲਿਸ ਜਿਹੜੀ ਸੀਗੀ, ਉਹ ਭਾਵੇਂ ਮੈਲਬੋਰਨ ਦੀ ਪੁਲਿਸ ਸੀਗੀ, ਭਾਵੇਂ ਫਿਲਾਡਲਫੀਆ ਦੀ ਪੁਲਿਸ ਸੀਗੀ, ਭਾਵੇਂ ਅੱਪਰ ਡਰਬੀ ਦੀ ਪੁਲਿਸ ਸੀਗੀ, ਉਹਨਾਂ ਦਾ ਪੂਰਾ ਸਾਡੇ ਨਾਲ ਸਹਿਯੋਗ ਸੀਗਾ, ਪੂਰੀ ਸਕੌਟ ਸੀਗੀ, ਪੂਰੀ ਸੇਫਟੀ ਦਾ ਪ੍ਰਬੰਧ ਕੀਤਾ ਗਿਆ ਸੀਗਾ, ਅਤੇ ਇਸ ਲਈ ਜ਼ਰੂਰ ਇਸ ਰੈਲੀ ਨੂੰ ਆਪਾਂ ਜਿਹੜੇ ਜੁੜ ਸਕੇ ਸੀਗੇ ਉਸ ਰੈਲੀ ਦੇ ਵਿੱਚ, ਉਹ ਤਾਂ ਜੁੜੇ ਹੀ ਸੀਗੇ, ਉਹਨਾਂ ਦਾ ਤਾਂ ਅਸੀਂ ਧੰਨਵਾਦ ਕਰਦੇ ਹਾਂ, ਪਰ ਜਿਹੜੇ ਨਹੀਂ ਵੀ ਜੁੜ ਸਕੇ ਸੀਗੇ, ਜਿਹੜੇ ਅੱਜ ਇਸ ਰੈਲੀ ਨੂੰ ਲਾਈਵ ਦੇਖਣਗੇ, ਅਤੇ ਜ਼ਰੂਰ ਇਹਨੂੰ ਐਪਰੀਸ਼ੀਏਟ ਕਰਨਾ, ਕੌਲਾਂ ਰਾਹੀਂ ਅਸੀਂ ਤੁਹਾਡੇ ਵਿਚਾਰ ਵੀ ਲਵਾਂਗੇ, ਅਤੇ ਉਸ ਦੇ ਨਾਲ ਕਿ ਜਿਹੜੇ ਨੌਜਵਾਨਾਂ ਨੇ ਇਹ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਆ ਅੱਜ ਦੇ ਦਿਨ, ਉਹਨਾਂ ਨੂੰ ਹੌਸਲਾ ਅਫਜ਼ਾਈ ਵੀ ਮਿਲਦੀ ਆ। ਸੋ ਮੈਂ ਆਪਣੇ ਸਟੂਡੀਓ ਟੀਮ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਇੱਕ ਆਪਾਂ ਫੁਟੇਜ ਦੀ ਜਿਹੜੀ ਇੱਕ ਤਿਆਰ ਕੀਤੀ ਹੈ ਉਹ ਆਪਾਂ ਪਲੀਜ਼ ਦਿਖਾਈਏ ਦਰਸ਼ਕਾਂ ਨੂੰ, ਉਸ ਤੋਂ ਬਾਅਦ ਅਗਲੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅੱਜ ਫਿਰ ਇੱਕ ਵਾਰ ਫਿਲਾਡਲਫੀਆ ਤੋਂ ਇੱਕ ਰੈਲੀ ਜਿਹੜੀ ਹੈ ਕਿਸਾਨਾਂ ਦੀ ਸਪੋਰਟ ਦੇ ਵਿੱਚ ਫਿਲਾਡਲਫੀਆ ਸਿੱਖ ਸੁਸਾਇਟੀ ਤੋਂ ਤੁਰ ਕੇ ਘੁੰਮ ਕੇ ਅਤੇ ਆਰਟ ਮਿਊਜ਼ੀਅਮ ਤੱਕ ਇਹ ਰੈਲੀ ਪਹੁੰਚੇਗੀ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ, ਹੁਣ ਰੈਲੀ ਇੱਥੋਂ ਚੱਲ ਕੇ ਤਾਂ ਫਿਲਾਡਲਫੀਆ ਵੱਲ ਨੂੰ ਚੱਲੇਗੀ। ਇਸ ਟਾਈਮ ਅਸੀਂ ਹਾਂ ਫਿਲਾਡਲਫੀਆ ਸਿੱਖ ਸੁਸਾਇਟੀ ਮੈਲਬੋਰਨ 'ਤੇ। My name is Jasleen and I'm not a big organizer of the rally but I was certainly one jinne contribute kita te assi sare ne mil ke is rally is liye organize kiti hai because assi apne farmers de layi solidarity de vich khadna chahunde ha sadi agliyan generations vaste sade kol ek answer hona chahida ki is time te jadon sade sade dadiyan sadiyan naniyan sadiyan pehna sadi maawan
ਬਾਰਡਰ ਤੇ ਰਾਤ ਇੰਨੀ ਮਾਂ ਪੋ ਦੀ ਰਾਤ ਦੇ ਵਿੱਚ ਗੁਜ਼ਾਰਦੀਆਂ ਨੇ ਤੇ ਅਸੀਂ ਕਿਉਂ ਨਹੀਂ ਕੁਝ ਕੀਤਾ ਇਸ ਲਈ ਅਸੀਂ ਅੱਜ ਇੱਕ ਇਹ ਰੈਲੀ ਕੀਤੀ ਹੈ ਤਾਂ ਕਿ ਅਸੀਂ ਅਵੇਅਰਨੈਸ ਸਪਰੈਡ ਕਰ ਸਕੀਏ ਅਸੀਂ ਆਪਣੇ ਫਰੈਂਡਸ ਨੂੰ ਦੱਸ ਸਕੀਏ ਅਸੀਂ ਪੂਰੀ ਫਿਲਡੈਲਫੀਆ ਦੀ ਕਮਿਊਨਿਟੀ ਜੋ ਨੇਬਰਿੰਗ ਕਮਿਊਨਿਟੀ ਹੈ ਉਹਨਾਂ ਨੂੰ ਦੱਸ ਸਕੀਏ ਕਿ ਇਹ ਇਸ਼ੂ ਕਿੰਨਾ ਇੰਪੋਰਟੈਂਟ ਹੈ ਸਾਡੇ ਵਾਸਤੇ ਅਤੇ ਕਿੰਨਾ ਇੰਪੋਰਟੈਂਟ ਹੈ ਕਿ ਇਹ ਜੋ ਲਾਜ਼ ਨੇ ਇਹ ਰਿਪੀਲ ਹੋ ਜਾਣ ਤਾਂ ਕਿ ਜੋ ਸਾਡੀਆਂ ਲਾਈਵਲੀਹੁੱਡਸ ਨੇ ਸਾਡੀਆਂ ਜੋ ਆਈਡੈਂਟੀ ਹੈ ਉਹ ਪ੍ਰਿਜ਼ਰਵਡ ਰਹੇ ਅਤੇ ਅਗਲੀਆਂ ਜਨਰੇਸ਼ਨਸ ਵਾਸਤੇ ਸਾਡੇ ਕੋਲ ਇੱਕ ਆਨਸਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਚੇ ਆਪਣੇ ਜਿਹੜੇ ਸਟੂਡੈਂਟ ਦੇ ਆ ਉਹਨਾਂ ਨੇ ਸਾਰਾ ਔਰਗਨਾਈਜ਼ਰ ਕੀਤਾ ਸਾਰਾ ਇਹ, ਜਿਸ ਤਰ੍ਹਾਂ ਆਪਣੇ ਕਿਸਾਨ ਉੱਥੇ ਬਜ਼ੁਰਗ ਬੀਬੀਆਂ ਠੰਡ ਦੇ ਵਿੱਚ ਦੋ ਦੋ ਲਾਈਕ ਓਵਰ 2 ਮੰਥਸ ਹੋ ਗਏ ਉੱਥੇ ਰੋਡਾਂ 'ਤੇ ਬੈਠੇ ਆ, ਇੱਥੇ ਬੱਚਿਆਂ ਨੇ ਜੋ ਔਰਗਨਾਈਜ਼ਰ ਕੀਤਾ ਉਹਨਾਂ ਦੀ ਸਪੋਰਟ ਦੇ ਲਈ ਆਪਣਾ ਵੀ ਸਾਰਿਆਂ ਦਾ ਬਹੁਤ ਬਹੁਤ ਯੋਗਦਾਨ ਪਾਉਣ ਦਾ ਹੱਕ ਬਣਦਾ ਵੀ ਆਪਾਂ ਆਈਏ ਇਹਨਾਂ ਬੱਚਿਆਂ ਦੀ ਸਪੋਰਟ ਕਰੀਏ। ਜੋ ਦਿੱਲੀ ਦੇ ਵਿੱਚ ਮੋਰਚਾ ਲੱਗਾ ਹੋਇਆ 31 ਜਥੇਬੰਦੀਆਂ ਵੱਲੋਂ ਜਾਂ 40 ਜਥੇਬੰਦੀਆਂ ਵੱਲੋਂ, ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਇੱਕਜੁੱਟ ਹੋ ਕੇ ਹਮਲਾ ਮਾਰੋ, ਅਸੀਂ ਤੁਹਾਡੇ ਨਾਲ ਹਾਂ, ਸਦਾ ਤੁਹਾਡੇ ਨਾਲ। ਦੇਖੋ ਅੱਜ ਜੰਗ ਜੂਥ ਜਿਹਨੂੰ ਅਸੀਂ ਕਹਿੰਦੇ ਸੀ ਕਿ ਇਹ ਸਾਡੇ ਨਾਲ ਲੜਨਾ ਹੀ ਨਹੀਂ ਕਦੇ ਵੀ, ਅੱਜ ਉਹ ਸਾਡੇ ਨਾਲ ਤੁਰਿਆ। ਇਹ ਸਮਝੋ ਕਿ ਤੁਹਾਡੇ ਨਾਲ ਆਉਣ ਵਾਲੀ ਜਾਗਰੇਸ਼ਨ ਜਿਹੜੀ ਆ, ਆਉਣ ਵਾਲੀ ਜਿੰਨੀ ਵੀ ਪਨੀਰੀ ਆ ਸਾਡੀ, ਉਹ ਤੁਹਾਡੇ ਨਾਲ ਖੜ੍ਹੀ ਆ। ਇੰਨੀਆਂ ਗੱਲਾਂ ਕਹਿੰਦਿਆਂ ਹੋਇਆ ਅਮਰਜੀਤ ਸਿੰਘ, ਗੁਰੂ ਨਾਨਕ ਸਿੱਖ ਸੋਸਾਇਟੀ ਫਿਲਾਡੈਲਫੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਕਹੀਏ ਕਿ ਯੂਥ ਸਾਡੇ ਨਾਲ ਚੱਲ ਰਿਹਾ ਹੈ, ਨਹੀਂ, ਅਸੀਂ ਯੂਥ ਦੇ ਨਾਲ ਚੱਲ ਰਿਹਾ। ਜਦੋਂ ਕਿਤੇ ਬਾਰਡਰਾਂ 'ਤੇ ਆਪਾਂ ਦੇਖਦੇ ਹਾਂ ਵੀਡੀਓਜ਼ ਮੂਵੀਜ਼ ਦੇਖਦੇ ਹਾਂ, ਤਾਂ ਉੱਥੇ ਤਕਰੀਬਨ ਨੌਜਵਾਨ ਬੱਚੇ ਬਹੁਤ ਹਨ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇਹ ਦੁੱਖ ਹੈ, ਇਹ ਦਰਦ ਹੈ ਕਿ ਅੱਜ ਅਸੀਂ ਆਪਣੇ ਲਈ ਨਹੀਂ ਲੜੇ ਤਾਂ ਕੱਲ੍ਹ ਸਾਡੇ ਲਈ ਕੋਈ ਵੀ ਨਹੀਂ ਲੜੇਗਾ। ਜੇ ਅੱਜ ਅਸੀਂ ਖੜ੍ਹੇ ਨਹੀਂ ਹੋਏ ਤਾਂ ਕੱਲ੍ਹ ਸਾਡਾ ਬਿਲਕੁਲ ਜੋ ਆਉਣ ਵਾਲਾ ਭਵਿੱਖ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਉਸ ਭਵਿੱਖ ਨੂੰ ਅਗਲੇ ਵਾਲੇ ਭਵਿੱਖ ਨੂੰ ਲੈ ਕੇ ਇਹ ਨੌਜਵਾਨ ਪੀੜ੍ਹੀ, ਇਹ ਬਜ਼ੁਰਗ ਤਬਕਾ, ਇਹ ਬੱਚੇ, ਇਹ ਬੀਬੀਆਂ, ਇਹ ਨੌਜਵਾਨ ਸਾਰੇ ਹੀ ਇਸ ਲਈ ਹਮਲਾ ਮਾਰ ਰਹੇ ਹਨ, ਆਪਣਾ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਕਿ ਜੋ ਇਹ ਕਾਨੂੰਨ ਹਨ, 3 ਕਾਨੂੰਨ ਜੋ ਹਨ, ਜੋ ਸਾਡੇ ਫੇਵਰ ਦੇ ਵਿੱਚ ਨਹੀਂ ਹਨ, ਸਾਡੇ ਹੱਕ ਦੇ ਵਿੱਚ ਨਹੀਂ ਹਨ, ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ, ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਜੋ ਇੰਡੀਆ ਦੀ ਸਰਕਾਰ ਨੇ ਜੋ ਮਨੁੱਖਤਾ ਦੇ ਸਤਿਗੁਰੂ ਪਾਤਸ਼ਾਹ ਦੀ ਉਹ ਘਾਤ ਵਾਸਤੇ ਢਾਣ ਵਾਸਤੇ ਜੋ ਕਾਨੂੰਨ ਪਾਸ ਕੀਤੇ ਹਨ, ਇਹਨਾਂ ਨੂੰ ਵਾਪਸ ਕਰਾਉਣ ਵਾਸਤੇ ਜੋ ਕਿਸਾਨਾਂ ਮੋਰਚਾ ਲਾਇਆ ਹੈ, ਉਸ ਦੇ ਸੰਬੰਧ ਅੰਦਰ ਫਿਲਾਡੈਲਫੀਆ ਸਿੱਖ ਸੰਗਤਾਂ ਵੱਲੋਂ ਮਿਲ ਕਰਕੇ, ਪ੍ਰਾਈਵੇਟ ਸਟੇਟ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਉਦਮ ਕੀਤੇ ਜਾ ਰਹੇ ਨੇ, ਰੈਲੀ ਕੱਢੀ ਜਾ ਰਹੀ ਹੈ। ਉਸ ਸੰਬੰਧ ਵਿੱਚ ਸਤਿਗੁਰੂ ਪਾਤਸ਼ਾਹ ਕਿਰਪਾ ਕਰਨੀ, ਆਗਿਆ ਬਖਸ਼ਿਸ਼ ਕਰੋ, ਬੱਚਿਆਂ ਦੇ ਸਿਰ 'ਤੇ ਮੇਰ ਦਾ ਹੱਥ ਰੱਖੋ ਅਤੇ ਚੱਲਣ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਰ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਰੈਲੀ ਦੀ ਸ਼ੁਰੂਆਤ ਫਿਲਾਡੈਲਫੀਆ ਸਿੱਖ ਸੋਸਾਇਟੀ ਤੋਂ ਕੀਤੀ ਗਈ, ਬੜੇ ਹੀ ਸੁਚੱਜੇ ਢੰਗ ਦੇ ਨਾਲ, ਜਿਸ ਦੇ ਵਿੱਚ ਜਿੱਥੇ ਯੂਥ ਜਿਹੜੇ ਸੀਗੇ ਸਾਡੇ, ਜਿਨ੍ਹਾਂ ਨੇ ਇਸ ਰੈਲੀ ਦੇ ਬਾਰੇ ਇੱਕ ਜਿਹੜੀ ਪਲੈਨਿੰਗ ਕੀਤੀ, ਇੱਕ ਵਿਚਾਰ ਬਣਾਇਆ ਕਿ ਅਸੀਂ ਕਿਸਾਨਾਂ ਦੇ ਸਹਿਯੋਗ ਦੇ ਵਿੱਚ ਇਹ ਰੈਲੀ ਕੱਢਾਂਗੇ, ਉੱਥੇ ਹੀ ਉਹਨਾਂ ਦਾ ਸਾਥ ਦਿੱਤਾ ਸਾਡੀ ਲੋਕਲ ਸੰਗਤ ਨੇ ਅਤੇ ਹੋਰ ਵੀ ਸਾਡੇ ਟ੍ਰਾਈ ਸਟੇਟ ਦੇ ਜਿਹੜੇ ਹੋਰ ਵੀ ਬਹੁਤ ਸਾਰੀ ਸੰਗਤ ਨੇ, ਬਹੁਤ ਸਾਰੇ ਐਡਲਟਸ ਨੇ, ਜਿਹੜੇ ਕਿ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਜ਼ਿਆਦਾ ਸੰਗਤ ਜਿਹੜੀ ਸੀਗੀ ਉਹ ਗੱਡੀਆਂ ਦੇ ਵਿੱਚ ਸੀਗੇ, ਬਹੁਤ ਸਾਰੇ ਲੋਕ ਜਿਹੜੇ ਆਪਣੀਆਂ ਗੱਡੀਆਂ ਸੀਗੇ, ਕਿਉਂਕਿ ਉਸ ਜਗ੍ਹਾ ਦੇ ਉੱਪਰ ਇੰਨੀ ਪਾਰਕਿੰਗ ਨਹੀਂ ਸੀਗੀ, ਬਾਹਰ ਹਾਈਵੇ ਦੇ ਆਪਣਾ ਮੇਨ ਰੋਡ ਜਿਹੜਾ ਮਾਰਕੀਟ ਸਟਰੀਟ ਹੈਗੀ ਆ ਉੱਥੇ ਵੀ ਪਾਰਕਿੰਗ ਲਗਾ ਕੇ ਕਾਫੀ ਸਾਰੀਆਂ ਗੱਡੀਆਂ ਲਾਈਨ ਦੇ ਵਿੱਚ ਸੀਗੀਆਂ। ਸੋ ਉਹ ਜਿੰਨੀਆਂ ਕੁ ਵੀ ਆਪਾਂ ਤੁਹਾਨੂੰ ਫੁਟੇਜ ਦਿਖਾ ਸਕਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦਿਖਾਵਾਂਗੇ, ਅਤੇ ਜੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਰਾਹੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਆਪਣਾ ਕੋਈ ਵੀ ਵਿਚਾਰ ਹੈ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਸੋ ਤੁਸੀਂ ਨੋਟਿਸ ਕੀਤਾ ਹੋਣਾ ਇਸ ਦੇ ਵਿੱਚ ਬੀਬੀ ਜੀ ਨੇ ਇੱਕ ਗੱਲ ਕੀਤੀ ਹੈ ਕਿ ਅਸੀਂ ਯੂਥ ਦੇ ਨਾਲ ਨਹੀਂ ਹਾਂ, ਯੂਥ ਸਾਡੇ ਨਾਲ ਨਹੀਂ ਤੁਰੇ ਨੇ, ਅਸੀਂ ਅੱਜ ਯੂਥ ਦੇ ਨਾਲ ਤੁਰੇ ਹਾਂ, ਕਿਉਂਕਿ ਸ਼ੁਰੂ ਤੋਂ ਯੂਥ ਅੱਗੇ ਲੱਗਦਾ ਆਇਆ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕਰ ਲਓ, ਭਾਵੇਂ ਤੁਸੀਂ ਬਾਰਡਰ ਦੀ ਗੱਲ ਕਰ ਲਓ, ਜਿਸ ਤਰ੍ਹਾਂ ਉਹਨਾਂ ਨੇ ਕੀਤੀ ਹੈ ਕਿ ਆਰਮੀ ਦੇ ਵਿੱਚ ਜਦੋਂ ਭਰਤੀ ਹੁੰਦੀ ਹੈ, ਆਰਮੀ ਦੇ ਵਿੱਚ ਜਦੋਂ ਓਪਨਿੰਗ ਹੁੰਦੀ ਹੈ, ਆਰਮੀ ਦੇ ਵਿੱਚ ਜਦੋਂ ਨੌਜਵਾਨ ਭਰਤੀ ਹੁੰਦੇ ਨੇ ਤਾਂ ਉਹ ਨੌਜਵਾਨ ਕਾਲਜ ਲੈਵਲ ਦੀ ਏਜ ਦੇ ਨੌਜਵਾਨ ਹੁੰਦੇ ਨੇ, ਉੱਥੋਂ ਉਹਨਾਂ ਦੀ ਸ਼ੁਰੂਆਤ ਹੋ ਕੇ ਫਿਰ ਉਹ ਇਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਨੇ ਅਤੇ ਉਹਨੂੰ ਕਾਮਯਾਬ ਕਰਦੇ ਨੇ, ਆਪਣੇ ਦੇਸ਼ ਵਾਸਤੇ ਲੜਦੇ ਨੇ, ਇੱਕ ਆਰਮੀ ਬਣਾਉਂਦੇ ਨੇ।
ਸੋ ਇਹ ਜਿਹੜੀ ਵਿਸ਼ਾਲ ਕਿਸਾਨ ਰੈਲੀ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਨੌਜਵਾਨਾਂ ਵੱਲੋਂ ਆਯੋਜਿਤ ਕੀਤੀ ਗਈ ਸੀ, ਉਹ ਵੀ ਇੱਕ ਤਰੀਕੇ ਦੀ ਇੱਕ ਆਰਮੀ ਸੀਗੀ। ਨੌਜਵਾਨ ਯੂਥ ਜਦੋਂ ਤੁਰ ਪੈਂਦਾ ਆ ਤਾਂ ਉਹ ਇੱਕ ਆਰਮੀ ਬਣ ਜਾਂਦੀ ਹੈ, ਇੱਕ ਫੌਜ ਬਣ ਜਾਂਦੀ ਹੈ। ਸੋ ਦਰਸ਼ਕੋ, ਵੇਲਾ ਬ੍ਰੇਕ ਦਾ ਹੋ ਚੱਲਿਆ ਆ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਤਾਂ ਹੁਣ ਬ੍ਰੇਕ ਤੋਂ ਬਾਅਦ ਅਸੀਂ ਕੌਲਾਂ ਲਵਾਂਗੇ ਤੇ ਪਲੀਜ਼ ਜ਼ਰੂਰ ਕੌਲਾਂ ਰਾਹੀਂ ਸਾਡੇ ਨਾਲ ਜੁੜਿਓ ਤੇ ਸਾਡੀ ਜਿਹੜੀ ਯੂਥ ਜਨਰੇਸ਼ਨ ਆ ਉਹਨਾਂ ਨੇ ਜਿਹੜਾ ਇਹ ਹਮਲਾ ਮਾਰਿਆ ਆ, ਇਹ ਇੰਨੀ ਵਿਸ਼ਾਲ ਰੈਲੀ ਕਾਲ ਰੈਲੀ ਉਹਨਾਂ ਨੇ ਇੰਨੀ ਠੰਡ ਦੇ ਵਿੱਚ ਐਸੇ ਬਾਰਿਸ਼ ਦੇ ਮੌਸਮ ਦੇ ਵਿੱਚ ਪੂਰਾ ਜਿੰਨੀ ਸਾਡੀ ਟਾਈਮਿੰਗ ਸੀਗੀ 11 ਤੋਂ 3 ਵਜੇ ਤੱਕ ਪੂਰਾ ਟਾਈਮ ਉੱਥੇ ਖੜ੍ਹੇ ਨੇ ਪੂਰੀ ਰੈਲੀ ਦਾ ਮੀਂਹ ਦੇ ਵਿੱਚ ਬਾਰਿਸ਼ ਦੇ ਵਿੱਚ। ਸੋ ਉਹਨਾਂ ਦਾ ਸਹਿਯੋਗ ਦੇਣਾ ਸਾਡਾ ਫਰਜ਼ ਬਣਦਾ ਹੈ ਤੇ ਜਾਇਓ ਕਿਤੇ ਨਾ ਇਸੇ ਤਰ੍ਹਾਂ ਜੁੜੇ ਰਹੋ। ਵੇਲਾ ਚੁਲਾ ਇੱਕ ਬ੍ਰੇਕ ਦਾ ਲੈਣੇ ਆ, ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਸਪਾਰ। ਸਤਿ ਸ੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ। ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ, ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੇ ਕੋਈ ਵੀ ਕਾਰੋਬਾਰ ਹੈ, ਕੋਈ ਵੀ ਈਵੈਂਟ ਹੈ, ਕੋਈ ਵੀ ਤਰੀਕੇ ਦਾ ਬਿਜ਼ਨਸ ਹੈ ਤੁਹਾਡੇ ਕੋਲ, ਕੁਛ ਵੀ ਹੈ ਉਸਨੂੰ ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਮਾਧਿਅਮ ਹੈਗਾ ਵਾ ਜਿਸ ਦੇ ਰਾਹੀਂ ਤੁਸੀਂ ਆਪਣਾ ਕੋਈ ਵੀ ਚੀਜ਼ ਹੈ, ਕੋਈ ਵੀ ਬਿਜ਼ਨਸ ਹੈ, ਕੋਈ ਵੀ ਐਂਟਰਟੇਨਮੈਂਟ ਹੈ, ਕਿਸੇ ਵੀ ਤਰੀਕੇ ਦੀ ਕੋਈ ਵੀ ਚੀਜ਼ ਹੈ, ਕੋਈ ਵੀ ਈਵੈਂਟ ਹੈ, ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਅਤੇ ਜਿਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਅੱਜ ਕਾਲ ਕਰ ਸਕਦੇ ਹੋ। ਜਿਹੜਾ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ, ਫਿਲਾਡੈਲਫੀਆ ਵਿਖੇ ਸੈਟਰਡੇ ਨੂੰ ਇੱਕ ਬੜੀ ਵਿਸ਼ਾਲ ਕਿਸਾਨ ਰੈਲੀ ਜਿਹੜੀ ਕਿ ਇੱਥੋਂ ਦੇ ਟ੍ਰਾਈ ਸਟੇਟ ਦੇ ਨੌਜਵਾਨਾਂ ਵੱਲੋਂ ਕੱਢੀ ਗਈ ਸੀਗੀ, ਜਿਸ ਦੇ ਵਿੱਚ ਨਿਊਯਾਰਕ, ਮੈਰੀਲੈਂਡ, ਵਾਸ਼ਿੰਗਟਨ DC, ਡੈਲਾਵੇਅਰ, ਨਿਊਜਰਜ਼ੀ ਅਤੇ ਫਿਲਾਡੈਲਫੀਆ ਪੈਨਸਲਵੇਨੀਆ ਦੇ ਏਰੀਏ ਦੇ ਨੌਜਵਾਨਾਂ ਨੇ ਉਸ ਦੇ ਵਿੱਚ ਹਿੱਸਾ ਪਾਇਆ ਸੀਗਾ। ਅਤੇ ਵਿੱਚ ਵਿੱਚ ਅਸੀਂ ਕਲਿਪਸ ਵੀ ਤੁਹਾਨੂੰ ਦਿਖਾਵਾਂਗੇ, ਜਿਸ ਤਰ੍ਹਾਂ ਆਪਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਸ਼ੁਰੂਆਤੀ ਦੌਰ ਦਿਖਾਇਆ ਜਿਸਦਾ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਉਸਦੇ ਨਾਲ ਨਾਲ ਜਿੱਥੇ ਠੰਡ ਦਾ ਮਾਹੌਲ ਸੀਗਾ, ਬਾਰਿਸ਼ ਦਾ ਮਾਹੌਲ ਸੀਗਾ, ਉਸ ਦੇ ਵਿੱਚ ਵੀ ਜਿਹੜਾ ਪੂਰਾ ਟਾਈਮ ਜਿਹੜਾ ਸੀਗਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੈਲੀ ਦਾ, ਉਹ ਪੂਰਾ ਟਾਈਮ ਜਿਹੜਾ ਉਸ ਰੈਲੀ ਨੂੰ ਕਾਮਯਾਬ ਬਣਾਇਆ ਗਿਆ। ਅਤੇ ਉਸ ਦੇ ਵਿੱਚ ਸਾਡੇ ਨਾਲ ਕੌਲਰ ਵੀ ਜੁੜੇ ਨੇ ਜਿਹੜੇ ਕਿ ਸਾਡੇ ਨਾਲ ਉਸ ਰੈਲੀ ਦੇ ਵਿੱਚ ਸੀਗੇ ਜਾਂ ਉੱਥੇ ਨਹੀਂ ਵੀ ਸੀਗੇ, ਅਤੇ ਉਸ ਦੇ ਵਿੱਚ ਉਹਨਾਂ ਦੇ ਕੀ ਵਿਚਾਰ ਨੇ, ਉਹਨਾਂ ਦੀਆਂ ਕਾਲਾਂ ਵੀ ਆਪਾਂ ਲਵਾਂਗੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਿਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਪਾਲ ਸਿੰਘ ਜੀ, ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜਸ ਪੰਜਾਬੀ ਤੇ। ਨਿਕ ਜੀ, ਸਭ ਤੋਂ ਪਹਿਲਾਂ ਸਾਰੇ ਵੇਖਣ ਵਾਲਿਆਂ ਸਰੋਤਿਆਂ ਨੂੰ ਔਰ ਜਸ ਪ੍ਰਭ ਜੀ ਦੇ ਸਾਰੇ ਵੀਰਾਂ ਨੂੰ, ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਪਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਫੋਨ ਕਰਨ ਵਾਸਤੇ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹਾਂਗਾ ਕਿ ਸਤਪਾਲ ਸਿੰਘ ਜੀ ਸਾਡੇ ਫਿਲਾਡੈਲਫੀਆ ਵਿੱਚ 2 ਗੁਰੂ ਘਰ ਨੇ, ਅਤੇ ਇਹ ਗੁਰੂ ਨਾਨਕ ਸਿੱਖ ਸੁਸਾਇਟੀ ਗੁਰੂ ਘਰ ਦੇ ਸੇਵਾਦਾਰ ਨੇ, ਮੁੱਖ ਸੇਵਾਦਾਰ ਨੇ ਉੱਥੋਂ ਦੇ, ਅਤੇ ਉੱਥੋਂ ਦੇ ਅਤੇ ਪਲੀਜ਼ ਉਸ ਦਿਨ ਦੀ ਰੈਲੀ ਬਾਰੇ ਜਿੱਥੇ ਕਿ ਬੱਚਿਆਂ ਨੇ ਹਿੱਸਾ ਲਿਆ, ਉਸ ਦੇ ਵਿੱਚ ਤੁਹਾਡੇ ਵੀ ਬੱਚਿਆਂ ਨੇ ਹਿੱਸਾ ਲਿਆ ਹੋਏਗਾ, ਅਤੇ ਉਹ ਆਪਣੇ ਬੱਚਿਆਂ ਨੂੰ, ਯੂਥ ਨੂੰ, ਜਾਂ ਉਸ ਠੰਡ ਦੇ ਮਾਹੌਲ ਦੇ ਵਿੱਚ ਤੁਸੀਂ ਵੀ ਉੱਥੇ ਪੂਰਾ ਦਿਨ ਰਹੇ ਹੋ, ਅਤੇ ਉੱਥੇ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਜ਼ਰੂਰ ਦੱਸਿਓ ਸਾਡੇ ਦਰਸ਼ਕਾਂ ਨੂੰ। ਨਿੱਕ ਜੀ, ਸਭ ਤੋਂ ਪਹਿਲਾਂ ਤੇ ਉਸ ਦਿਨ ਦੀ ਜਿਹੜਾ ਮੌਸਮ ਸੀਗਾ ਉਹਦੇ ਵਿੱਚ ਜਾਣਾ ਤੇ ਬੱਚਿਆਂ ਨੇ ਰੈਲੀ ਵਿੱਚ ਭਾਗ ਲੈਣਾ ਇੱਕ ਬਹੁਤ ਵੱਡੀ ਜਾਣਿਆ ਕਿ ਤੁਸੀਂ ਕਹਿ ਸਕਦੇ ਹੋ ਕਿ ਭਗਤੀ ਸੀਗੇ ਸਾਨੂੰ ਆਪਣੇ ਕਿਸਾਨ ਵੀਰਾਂ ਲਈ, ਜੋ ਸਾਡੇ ਦੇ ਕਾਨੂੰਨ ਕਾਲੇ ਬਣੇ ਆ ਉਸ ਵਾਸਤੇ ਸਾਡੇ ਬੱਚਿਆਂ ਨੇ, ਔਰ ਸਾਡੀ ਜਿੰਨੀਆਂ ਵੀ ਗੁਰੂ ਘਰ ਦੀਆਂ ਸੰਗਤਾਂ ਬਾਹਰੋਂ ਆਏ ਵੀ ਜਿੰਨੇ ਸਿੱਖ ਅਮੈਰੀਕਨ ਸਟੂਡੈਂਟ ਸੀ, ਇੰਨੀ ਕੁ ਬੜੇ ਉਤਸ਼ਾਹ ਦੇ ਨਾਲ ਬੱਚਿਆਂ ਨੇ ਇਹ ਰੈਲੀ ਕੱਢੀ ਆ ਕਿ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬੱਚਿਆਂ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਕਿ ਬੜੇ ਪਿਆਰ ਨਾਲ ਉੱਥੇ ਜਾ ਕੇ ਜਿੰਨਾ ਵੀ ਫਿਲਾਡੈਲਫੀਆ ਸਿਟੀ ਦੇ ਵਿੱਚ ਸਾਰਾ ਘੁੰਮਦੇ ਹੋਏ ਉਹਨਾਂ ਨੇ ਜਾ ਕੇ ਪ੍ਰੋਗਰਾਮ ਕੀਤਾ। ਬਹੁਤ ਵੱਡੀ ਇਸ ਚੀਜ਼ ਦੀ ਸਾਨੂੰ ਖੁਸ਼ੀ ਵੀ ਆ ਔਰ ਬੱਚਿਆਂ ਦਾ ਹੌਸਲਾ ਵੀ ਅਸੀਂ ਮੰਨਦੇ ਹਾਂ ਜੀ। ਜੀ ਸਤਪਾਲ ਸਿੰਘ ਜੀ, ਆਪਾਂ ਗੱਲ ਜਿੱਥੇ ਕਰਦੇ ਹਾਂ ਕਿ ਠੰਡ ਦਾ ਮਾਹੌਲ ਸੀਗਾ, ਬਾਹਰੋਂ ਦੂਜੇ ਸਟੇਟਸ ਤੋਂ ਬੱਚੇ ਵੀ ਆਏ ਸੀਗੇ, ਸੰਗਤਾਂ ਵੀ ਆਈਆਂ ਸੀਗੀਆਂ, ਅਤੇ ਉਸ ਦੌਰ ਦੇ ਵਿੱਚ ਜਿੱਦਾਂ ਕਿ ਇੰਨੀ ਠੰਡ ਦੇ ਮਾਹੌਲ ਦੇ ਵਿੱਚ ਤੁਸੀਂ ਵੀ ਉੱਥੇ ਸਟੇਜ ਦੇ ਉੱਪਰ ਪੂਰਾ ਸਾਥ ਦਿੱਤਾ ਬੱਚਿਆਂ ਦਾ, ਅਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਪ੍ਰੋਗਰਾਮ ਹੋਣਗੇ ਨੌਜਵਾਨਾਂ ਵੱਲੋਂ, ਅਤੇ ਉਹਨਾਂ ਦੀ ਸਪੋਰਟ ਦੇ ਵਿੱਚ ਸਾਡੀ ਇੱਥੋਂ ਦੇ ਜਿਹੜੇ ਲੋਕਲ ਕਮਿਊਨਿਟੀ ਹੈਗੀ ਆ ਉਹਨਾਂ ਦਾ ਕਿੰਨਾ ਕੁ ਸਹਿਯੋਗ ਰਹੇਗਾ ਅਗਲੀ ਵਾਰ ਵੀ? ਬਿਲਕੁਲ ਜੀ, ਅਸੀਂ
ਆਉਣ ਵਾਲਾ ਕੋਈ ਵੀ ਕਮਿਊਨਿਟੀ ਦਾ ਕੰਮ ਹੁੰਦਾ ਸਭ ਤੋਂ ਵੱਡਾ ਸਾਡਾ ਇਹ ਵੱਡਾ ਅੰਦੋਲਨ ਹੈ ਕਿਸਾਨੀ ਦਾ ਜੋ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਕਿ ਸਾਡਾ ਜਿਹੜਾ ਪਿੱਛਾ ਹੈ ਪਿੱਛੋਂ ਅਸੀਂ ਅੱਜ ਭਾਵੇਂ ਅਮੈਰੀਕਾ ਦੇ ਵਿੱਚ ਫਿਲਾਡਲ ਸਿਆਸੀ ਦੇ ਵਿੱਚ ਰਹਿੰਦੇ ਹਾਂ ਪਰ ਸਾਡੇ ਜੋ ਤੰਦ ਜੋ ਜੜ੍ਹਾਂ ਸਾਡੀਆਂ ਪੰਜਾਬ ਨਾਲ ਜੁੜੀਆਂ ਅਸੀਂ ਹਰ ਤਰੀਕੇ ਨਾਲ ਇਹਨਾਂ ਬੱਚਿਆਂ ਦੇ ਨਾਲ ਆਉਣ ਵਾਲਾ ਕੋਈ ਵੀ ਪੰਜਾਬ ਦੇ ਉੱਤੇ ਕੋਈ ਇਹੋ ਜਿਹਾ ਔਖਾ ਟਾਈਮ ਆਉਂਦਾ ਤਾਂ ਅਸੀਂ ਵੱਧ ਤੋਂ ਵੱਧ ਇਸ ਚੀਜ਼ ਵਾਸਤੇ ਤਿਆਰੀ ਹੈ ਸਾਡੀ ਆਉਣ ਵਾਲੇ ਮੌਕੇ 'ਚ ਵੀ ਅਸੀਂ ਵੱਧ ਤੋਂ ਵੱਧ ਜੋ ਵੀ ਸਾਡੇ ਤੋਂ ਹਰ ਤਰ੍ਹਾਂ ਦੀ ਸੇਵਾ ਰੈਲੀਆਂ ਕਰਕੇ ਮਾਇਆ ਦੀ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਸੇਵਾ ਅਸੀਂ ਸਟੈਂਡ ਬਾਈ ਹਰ ਵੇਲੇ ਖੜ੍ਹੇ ਹਾਂ ਜੀ ਸਤਪਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਅਤੇ ਉਸ ਦਿਨ ਰੈਲੀ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਕਈ ਵਾਰ ਸ਼ੋਰ ਸ਼ਰਾਬਾ ਵੀ ਹੋ ਜਾਂਦਾ ਆ ਪਰ ਇਹ ਜਿਹੜੀ ਰੈਲੀ ਸੀ ਖਾਸ ਕਰਕੇ ਜਦੋਂ ਨੌਜਵਾਨਾਂ ਵੱਲੋਂ ਹੋਵੇ ਤਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਦੇਖਣ ਨੂੰ ਮਿਲਦਾ ਵਾ ਪਰ ਜਿੱਥੇ ਆ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੀ ਆਪਾਂ ਬੱਚਿਆਂ ਦਾ ਉਸ ਦੇ ਵਿੱਚ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਬੱਚਿਆਂ ਨੇ ਜਿਹੜਾ ਆਪਣਾ ਰੂਲਸ ਰੈਗੂਲੇਸ਼ਨ ਫੋਲੋ ਕਰਕੇ ਸਫਾਈ ਦਾ ਧਿਆਨ ਰੱਖ ਕੇ ਕਿਉਂਕਿ ਉੱਥੇ ਚਾਹ ਪਾਣੀ ਦਾ ਵੀ ਪ੍ਰੋਗਰਾਮ ਹੈਗਾ ਸੀਗਾ ਅਤੇ ਉਹਨਾਂ ਨੇ ਖਾਸ ਕਰਕੇ ਜਿਹੜੇ ਸਾਡੇ ਨਿਊਯਾਰਕ ਤੋਂ ਜਿਹੜੇ ਯੂਥ ਆਏ ਸੀਗੇ ਉਹਨਾਂ ਨੇ ਲੰਗਰ ਦੇ ਸੇਵਾ ਦੇ ਵਿੱਚ ਆਪਣਾ ਬਹੁਤ ਸਾਰਾ ਯੋਗਦਾਨ ਦਿੱਤਾ ਸਹਿਯੋਗ ਦਿੱਤਾ ਜਿਸਦੀ ਕਿ ਅਸੀਂ ਸ਼ਲਾਘਾ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਇਸ ਚੀਜ਼ ਨੂੰ ਬੜੇ ਵਧੀਆ ਯੰਗ ਬੱਚਿਆਂ ਸਟੂਡੈਂਟ ਜਿੰਨੇ ਵੀ ਬੱਚਿਆਂ ਦਾ ਪ੍ਰੋਗਰਾਮ ਸੀ ਬੜੇ ਤਰੀਕੇ ਦੇ ਨਾਲ ਉੱਥੇ ਕੋਈ ਵੀ ਜਿੰਨੇ ਵੀ ਲਾ ਸੀਗੇ ਫਾਲੋ ਕਰਕੇ ਕੋਈ ਟ੍ਰੈਫਿਕ ਦਾ ਜਾਂ ਕਿਤੇ ਕੋਈ ਸਫਾਈ ਦਾ ਹਰ ਇੱਕ ਚੀਜ਼ ਨੂੰ ਫਾਲੋ ਕਰਕੇ ਬਹੁਤ ਹੀ ਵਧੀਆ ਅਤੇ ਸੋਹਣੀ ਸਫ਼ਰ ਰੈਲੀ ਕੀਤੀ ਆ ਇੰਨੇ ਮੌਸਮ ਦੇ ਵਿੱਚ ਕੋਈ ਸੋਚ ਨਹੀਂ ਸਕਦਾ ਸੀਗਾ ਕਿ ਇੰਨੀ ਸਨੋਅ ਪੈ ਰਹੀ ਹੈ ਇੰਨੀ ਠੰਡ ਹਵਾ ਚੱਲਦੀ ਸੀ ਫਿਰ ਵੀ ਸਾਡੇ ਬੱਚਿਆਂ ਦਾ ਮੈਂ ਬੜਾ ਧੰਨਵਾਦ ਕਰਦਾ ਜਿੰਨੇ ਵੀ ਸਟੂਡੈਂਟ ਆਲ ਓਵਰ ਅਮੈਰੀਕਾ ਤੋਂ ਨਿਊਯਾਰਕ ਤੋਂ ਨਿਊ ਜਰਸੀ ਹੋਰ ਵੀ ਸਟੇਟਾਂ ਤੋਂ ਆਏ ਸੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਦਸ ਪੰਜਾਬੀ ਟੀ ਵੀ ਦਾ ਜੀ ਜੀ ਸਤਪਾਲ ਸਿੰਘ ਜੀ ਸ਼ੁਕਰੀਆ ਬਹੁਤ ਬਹੁਤ ਸਾਡੇ ਨਾਲ ਜੁੜਨ ਵਾਸਤੇ ਕੋਈ ਮੈਸੇਜ ਜਾਂਦੇ ਜਾਂਦੇ ਦੇਣਾ ਚਾਹੋਗੇ ਦਰਸ਼ਕਾਂ ਨੂੰ ਇਸ ਕਿਸਾਨ ਮੁੱਦੇ ਦੇ ਉੱਪਰ ਬਾ ਜੀ ਬਿਲਕੁਲ ਮੇਰੀ ਦੁਆ ਹੈ ਅਰਦਾਸ ਕਰਦਾ ਬਾਬਾ ਜੀ ਅੱਗੇ ਕਿ ਆਉਣ ਵਾਲੇ ਅੱਗੇ ਵੀ ਪ੍ਰੋਗਰਾਮਾਂ 'ਚ ਕੋਈ ਵੀ ਸਾਨੂੰ ਲੋੜ ਪੈਂਦੀ ਹੈ ਇਹਦੇ ਬੜੇ ਤਰੀਕੇ ਨਾਲ ਸਮਝ ਸੋਚਣਾ ਕਾਨੂੰਨ ਨੂੰ ਲਾ ਨੂੰ ਫਾਲੋ ਕਰਦੇ ਕਰਨਾ ਚਾਹੀਦਾ ਨਾਲ ਹੀ ਦੁਆ ਕਰਦੇ ਹਾਂ ਕਿ ਹੁਣ ਛੇਤੀ ਛੇਤੀ ਸਾਡੀ ਸਰਕਾਰ ਜਿਹੜੀ ਆ ਉਹ ਇੰਨਾ ਬਹੁਤ ਕੁਛ ਹੋ ਗਿਆ ਵਾ ਅਤੇ ਆਉਣ ਵਾਲੇ ਸਮੇਂ 'ਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਅਤੇ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਜਾਣ ਦੀ ਆਗਿਆ ਦੇਵੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਜੀ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਸਤਪਾਲ ਸਿੰਘ ਜੀ ਸਾਡੇ ਨਾਲ ਜੁੜਨ ਲਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਫਿਰ ਜੁੜਾਂਗੇ ਥੈਂਕ ਯੂ ਨਿੱਕ ਜੀ ਜਸ ਪੰਜਾਬੀ ਦਾ ਥੈਂਕ ਯੂ ਜੋ ਸਾਰੀ ਦੁਨੀਆ ਦੇ ਵਿੱਚ ਇਹ ਪ੍ਰੋਗਰਾਮ ਖਾ ਰਹੇ ਆ ਬੜੀ ਮਿਹਰਬਾਨੀ ਥੈਂਕ ਯੂ ਸਰ ਸੋ ਸਾਡੇ ਨਾਲ ਸਤਪਾਲ ਸਿੰਘ ਜੀ ਜੁੜੇ ਸੀਗੇ ਜਿਹੜਿਆਂ ਕਿ ਉਸ ਦਿਨ ਦੇ ਵਿੱਚ ਰੈਲੀ ਦੇ ਵਿੱਚ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸਾਡੇ ਕਮਿਊਨਿਟੀ ਦੇ ਨੁਮਾਇੰਦੇ ਜੁੜੇ ਸੀਗੇ ਉਮੀਦ ਹੈ ਆਉਣ ਵਾਲੇ ਅਗਲੇ ਸੈਗਮੈਂਟ ਦੇ ਵਿੱਚ ਉਹਨਾਂ ਦੀਆਂ ਕਾਲਾਂ ਵੀ ਜਿੰਨੀਆਂ ਕੋਈ 1-2-3-4 ਲੈ ਸਕਾਂਗੇ ਆਪਾਂ ਲਵਾਂਗੇ ਅਤੇ ਕਿਉਂਕਿ ਜਿੱਥੇ ਆਪਾਂ ਧੰਨਵਾਦ ਕਰਦੇ ਹਾਂ ਬੱਚਿਆਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉੱਥੇ ਹੀ ਜਿਹੜੀ ਸਾਡੀ ਲੋਕਲ ਕਮਿਊਨਿਟੀ ਹੈਗੀ ਆ ਜਿਨ੍ਹਾਂ ਨੇ ਉਹਨਾਂ ਦਾ ਸਹਿਯੋਗ ਦਿੱਤਾ ਵੱਧ ਚੜ੍ਹ ਕੇ ਨਾਲ ਉਹਨਾਂ ਦੇ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਸੀਗੀ ਉਸ ਨੂੰ ਵੀ ਪ੍ਰੋਵਾਈਡ ਕੀਤਾ ਗਿਆ ਦੋਨੋਂ ਹੀ ਗੁਰੂ ਘਰਾਂ ਵੱਲੋਂ ਫਿਲਾਡਲਫੀਆ ਸਿੱਖ ਸੁਸਾਇਟੀ ਵੱਲੋਂ ਵੀ ਅਤੇ ਗੁਰੂ ਨਾਨਕ ਸਿੱਖ ਸੁਸਾਇਟੀ ਵੱਲੋਂ ਵੀ ਅਤੇ ਦਰਸ਼ਕੋ ਸਮੇਂ ਦੇ ਉੱਪਰ ਸਰਕਾਰਾਂ ਜਦੋਂ ਚੇਂਜ ਹੁੰਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਬਹੁਤ ਕੁਛ ਹੁੰਦਾ ਹੈ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਬਹੁਤ ਕੁਝ ਐਕਸਪੀਰੀਅੰਸ ਕਰਨ ਨੂੰ ਮਿਲਦਾ ਹੈ ਪਰ ਜਿੱਥੋਂ ਤੱਕ ਆਪ ਸਭ ਵੀ ਜਾਣੂ ਹੋ ਕਿ ਜਿਹੜਾ ਇਹ ਐਕਸਪੀਰੀਅੰਸ ਇਸ ਟਾਈਮ ਕਰਨ ਨੂੰ ਮਿਲ ਰਿਹਾ ਆ ਇੰਨੀ ਠੰਡ ਦੇ ਵਿੱਚ ਇਹ ਮੈਂ ਤਾਂ ਕਹਿ ਰਿਹਾ ਕਿ ਉਸ ਦਿਨ ਰੈਲੀ ਦੇ ਵਿੱਚ ਜਦੋਂ ਅਸੀਂ 5-6 ਘੰਟੇ ਇਸ ਠੰਡ ਦੇ ਵਿੱਚ ਉੱਥੇ ਬਾਹਰ ਰਹੇ ਹਾਂ ਅਤੇ ਜਿੱਥੇ ਤੱਕ ਮੈਂ ਵੀ ਕਵਰੇਜ ਕੀਤੀ ਆ ਬਾਹਰ ਰਹਿ ਕੇ ਗੱਡੀ ਦੇ ਉੱਪਰੋਂ ਵੀ ਪਿਕਅਪ ਟਰੱਕ ਤੋਂ ਵੀ ਉਸ ਠੰਡ ਨੂੰ ਮਹਿਸੂਸ ਕੀਤਾ 5 ਘੰਟੇ ਅਤੇ ਉੱਥੇ ਜਿੱਥੇ ਉਸ ਸਮੇਂ ਸਾਨੂੰ ਇਹ ਫੀਲਿੰਗ ਆਉਂਦੀ ਸੀਗੀ ਕਿ ਜਿਹੜੇ ਉੱਥੇ ਬਾਰਡਰਾਂ ਦੇ ਉੱਤੇ ਮਹੀਨਿਆਂ ਦੇ ਹਿਸਾਬ ਨਾਲ ਬੈਠੇ ਨੇ ਉਹ ਸੇਮ ਸਿਚੁਏਸ਼ਨ ਦੇ ਵਿੱਚ ਬੈਠੇ ਨੇ ਅਤੇ ਉੱਥੇ ਇਹ ਵੀ ਦੇਖਣ ਨੂੰ ਮਿਲਿਆ ਸੀਗਾ ਇੰਨੀ ਠੰਡ ਦੇ ਵਿੱਚ ਕਿ ਨਹੀਂ ਖੜ੍ਹਾ ਹੋਇਆ ਜਾ ਰਿਹਾ ਸੀਗਾ ਕਈਆਂ ਕੋਲੋਂ ਅਤੇ ਉਹ ਫਿਰ ਆਪਣੀਆਂ ਗੱਡੀਆਂ ਦੇ ਵਿੱਚ ਬਹਿ ਗਏ ਸੀਗੇ ਜਾਂ ਫਿਰ ਜਲਦੀ ਵੀ ਇਹ ਚਲੇ ਗਏ ਸੀਗੇ ਪਰ ਜਿੱਥੇ ਨੌਜਵਾਨਾਂ ਦੀ ਗੱਲ ਕਰੀਏ ਉਹ ਥਰੂ ਆਊਟ ਰੈਲੀ ਉੱਥੇ ਡਟੇ ਰਹੇ ਨੇ ਪੂਰੇ 3 ਵਜੇ ਤੱਕ ਜਿੰਨੇ ਤੱਕ ਸਾਡੇ ਕੋਲ ਟਾਈਮ ਸੀਗਾ ਸੋ ਗੱਲ ਮੈਂ ਉਹ ਕਰ ਰਿਹਾ ਸੀਗਾ ਕਿ ਜਦੋਂ ਠੰਡ ਦੀ ਗੱਲ ਕਰਦੇ ਹਾਂ ਕਿ ਜਿੱਥੇ ਅਸੀਂ ਜੇ 5-6 ਘੰਟੇ ਦੀ ਰੈਲੀ ਸੀਗੀ ਉਸ ਦੇ ਵਿੱਚ ਬੁਰਾ ਹਾਲ ਹੋ ਗਿਆ 2 ਦਿਨ ਤੱਕ ਉਸ ਠੰਡ ਨੂੰ ਅਸੀਂ ਮਹਿਸੂਸ ਕਰਦੇ ਰਹੇ ਕਿ
ਉੱਥੇ ਜਦੋਂ ਆਪਾਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਭੈਣ ਭਰਾ ਬੱਚੇ ਮਾਤਾਵਾਂ ਬਾਰਡਰ ਦੇ ਉੱਪਰ ਬੈਠੇ ਨੇ, ਸਾਡੇ ਹੋਰ ਵੀ ਬਹੁਤ ਸਾਰੇ ਸੇਵਾਦਾਰ ਵੀਰ ਜਿਹੜੇ ਇੱਥੋਂ ਵੀ ਗਏ ਨੇ ਬਾਰਡਰ 'ਤੇ ਬੈਠੇ ਨੇ ਉੱਥੇ ਠੰਡ ਦੇ ਵਿੱਚ, ਤਾਂ ਉਹਨਾਂ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ ਸਾਡੀ ਉਸ ਅੰਨੀ ਬੋਲੀ ਸਰਕਾਰ ਨੂੰ ਕਿ ਇਹ ਜਿਹੜਾ ਆ ਇਨਫ ਇਜ਼ ਇਨਫ, ਕਿ ਜਿਹੜੀ ਚੀਜ਼ ਉਹਨਾਂ ਦੇ ਹੱਕ ਵਿੱਚ ਨਹੀਂ ਆ ਉਸ ਚੀਜ਼ ਨੂੰ ਜਿੰਨੀ ਜਲਦੀ ਹੋ ਸਕਦਾ ਹਟਾਇਆ ਜਾਵੇ। ਸੋ ਜਿਹੜੇ ਸਾਡੇ ਭੈਣ ਭਰਾ ਮਾਂ ਭੈਣ ਭਰਾ ਵੀਰ ਬੱਚੇ ਉਸ ਬਾਰਡਰ ਦੇ ਉੱਪਰ ਇੰਨੀ ਠੰਡ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲੇ। ਹਰ ਕੋਈ ਆਪਣੇ ਘਰ ਜਾਣਾ ਚਾਹੁੰਦਾ ਆ, ਪਰ ਗੱਲ ਇਹ ਹੁੰਦੀ ਆ ਕਿ ਜਦੋਂ ਜੰਗ ਲੱਗੀ ਹੁੰਦੀ ਆ ਬਾਰਡਰ ਦੇ ਉੱਪਰ ਅਤੇ ਜੇ ਫੌਜੀ ਹਥਿਆਰ ਸੁੱਟ ਕੇ ਭੱਜ ਜਾਣ ਤਾਂ ਫਿਰ ਦੇਸ਼ ਦਾ ਬੇੜਾ ਗਰਕ ਹੋ ਜਾਂਦਾ ਵਾ। ਸੋ ਉਹ ਕਿਸਾਨ ਆਪਣੇ ਦੇਸ਼ ਨੂੰ ਬਚਾਉਣ ਲਈ ਬੈਠੇ ਨੇ, ਆਪਣੇ ਕਿਸਾਨਾਂ ਨੂੰ ਬਚਾਉਣ ਲਈ ਬੈਠੇ ਨੇ, ਆਪਣੇ ਮਜ਼ਦੂਰਾਂ ਨੂੰ ਬਚਾਉਣ ਲਈ ਬੈਠੇ ਨੇ, ਆਪਣੇ ਇੰਡੀਆ ਨੂੰ ਬਚਾਉਣ ਲਈ ਬੈਠੇ ਨੇ, ਨਾ ਕਿ ਇਕੱਲੇ ਕਿਸੇ ਇੱਕ ਕੌਮ ਵਾਸਤੇ ਬੈਠੇ ਨੇ। ਸੋ ਵੇਲਾ ਫਿਰ ਇੱਕ ਬ੍ਰੇਕ ਦਾ ਹੋ ਚੱਲਿਆ ਦਰਸ਼ਕੋ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਕਾਲਾਂ ਰਾਹੀਂ ਵੀ ਸਾਡੇ ਨਾਲ ਜ਼ਰੂਰ ਜੁੜਿਓ। ਸੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸੋਲੇਨੀਆ ਦੇ ਸਟੂਡੀਓ ਤੋਂ ਤੁਹਾਡੇ ਨਾਲ ਅਸੀਂ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਤੁਹਾਡਾ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਬਿਜ਼ਨਸ ਹੈ, ਕੋਈ ਈਵੈਂਟ ਹੈ, ਕੋਈ ਕਾਰੋਬਾਰ ਹੈ, ਈਵਨ ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਆ, ਕਿਸੇ ਵੀ ਫੀਲਡ ਦੇ ਵਿੱਚੋਂ ਤੁਸੀਂ ਆਪਣੀ ਪਛਾਣ ਪੂਰੀ ਦੁਨੀਆ ਤੱਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਸ ਪਰਿਵਾਰ ਨਾਲ ਜੁੜ ਕੇ ਬਣਾ ਸਕਦੇ ਹੋ, ਅਤੇ ਆਪਣਾ ਮੈਸੇਜ ਸੁਨੇਹਾ ਕੋਈ ਵੀ ਪੂਰੀ ਦੁਨੀਆ ਤੱਕ ਭੇਜਣਾ ਚਾਹੁੰਦੇ ਹੋ ਅਤੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਭੇਜ ਸਕਦੇ ਹੋ। ਅਤੇ ਅੱਜ ਦੇ ਚੱਲ ਰਹੇ ਇਸ ਪ੍ਰੋਗਰਾਮ ਦੇ ਵਿੱਚ ਵੀ ਜੇ ਤੁਸੀਂ ਆਪਣੇ ਕੋਈ ਸੁਝਾਅ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਕਾਲ ਰਾਹੀਂ ਜੁੜ ਕੇ ਥੱਲੇ ਲਿਖੇ ਨੰਬਰ ਦੇ ਉੱਪਰ ਸਾਨੂੰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਦਰਸ਼ਕੋ, ਕਾਰੋਬਾਰ ਪੰਜਾਬੀਆਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਹੜਾ ਤੁਹਾਨੂੰ ਪ੍ਰੋਗਰਾਮ ਦਿਖਾ ਰਹੇ ਹਾਂ, ਸੈਟਰਡੇ ਨੂੰ ਸਾਡੇ ਫਿਲਾਡੈਲਫੀਆ ਵਿਖੇ ਨੌਜਵਾਨਾਂ ਵੱਲੋਂ ਟ੍ਰਾਈ ਸਟੇਟ ਜਿੱਥੇ ਜਿਸ ਦੇ ਵਿੱਚ ਕਿ ਨਿਊਯਾਰਕ, ਨਿਊਜਰਸੀ, ਡੈਲਾਵੇਅਰ, ਫਿਲਾਡੈਲਫੀਆ, ਪੈਨਸਲਵੇਨੀਆ ਅਤੇ ਹੋਰ ਵੀ ਕੁਛ ਸਟੇਟਸ ਤੋਂ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਸੀਗਾ। ਵੱਖਰੇ ਵੱਖਰੇ ਸ਼ਹਿਰਾਂ ਤੋਂ ਚੱਲ ਕੇ ਉਹ ਪੁੱਜੇ ਸੀਗੇ ਫਿਲਾਡੈਲਫੀਆ ਵਿਖੇ, ਫਿਲਾਡੈਲਫੀਆ ਸਿੱਖ ਸੁਸਾਇਟੀ ਤੋਂ ਫਿਰ ਇਹ ਵਿਸ਼ਾਲ ਰੈਲੀ ਦੀ ਸ਼ੁਰੂਆਤ ਹੋਈ ਸੀਗੀ ਅਤੇ ਇਹ ਵਿਸ਼ਾਲ ਰੈਲੀ ਨੂੰ ਕਾਮਯਾਬੀ ਵੀ ਮਿਲੀ। ਅਤੇ ਤੁਹਾਨੂੰ ਜਿੱਥੇ ਆਪਾਂ ਕਾਰੋਬਾਰ ਪੰਜਾਬੀਆਂ ਦੇ ਵਿੱਚ ਵੱਖਰੇ ਵੱਖਰੇ ਬਿਜ਼ਨਸ ਜਾਂ ਹੋਰ ਚੀਜ਼ਾਂ ਦੇ ਨਾਲ ਤੁਹਾਨੂੰ ਨਾਲ ਰੂਬਰੂ ਕਰਾਉਂਦੇ ਹਾਂ ਉੱਥੋਂ ਦੇ ਓਨਰਸ ਦੇ ਨਾਲ ਜਾਂ ਜਿਹੜੇ ਇੱਥੇ ਆ ਕੇ ਜਿਹੜੇ ਸਟਰਗਲਰਸ ਨੇ ਉਹਨਾਂ ਦੇ ਨਾਲ, ਉਸ ਦੇ ਵਿੱਚ ਹੀ ਸਾਡਾ ਕਾਰੋਬਾਰ ਜ਼ਰੂਰੀ ਨਹੀਂ ਕਿ ਜਿਹੜੇ ਸਾਡੇ ਬਿਜ਼ਨਸ ਨੇ ਉਹੀ ਹੈ, ਇਹ ਵੀ ਇੱਕ ਸਾਡਾ ਕਾਰੋਬਾਰ ਹੈ ਕਿ ਜਦੋਂ ਆਪਾਂ ਸਾਡੀ ਕਮਿਊਨਿਟੀ ਨੂੰ, ਸਾਡੇ ਦੇਸ਼ ਨੂੰ ਸਾਡੀ ਲੋੜ ਹੈ ਅਤੇ ਅਸੀਂ ਇੱਕ ਆਵਾਜ਼ ਚੁੱਕਦੇ ਹਾਂ ਅਤੇ ਉਹ ਵੀ ਇੱਕ ਸਾਡਾ ਕਾਰੋਬਾਰ ਬਣ ਜਾਂਦਾ ਆ, ਇੱਕ ਸਾਡੀ ਡਿਊਟੀ ਬਣ ਜਾਂਦੀ, ਇੱਕ ਸਾਡਾ ਬਿਜ਼ਨਸ ਬਣ ਜਾਂਦਾ ਆ। ਸੋ ਦਰਸ਼ਕੋ, ਉਸ ਪ੍ਰੋਗਰਾਮ ਦੀਆਂ, ਉਸ ਵਿਸ਼ਾਲ ਰੈਲੀ ਦੀਆਂ ਜਿਹੜੀਆਂ ਫੁਟੇਜ ਅਸੀਂ ਤੁਹਾਨੂੰ ਪਿਛਲੇ ਬ੍ਰੇਕਸ ਤੋਂ ਬ੍ਰੇਕ ਤੋਂ ਪਹਿਲਾਂ ਵੀ ਦਿਖਾਈਆਂ ਸੀਗੀਆਂ ਅਤੇ ਇਸ ਸੈਗਮੈਂਟ ਦੇ ਵਿੱਚ ਇੱਕ ਤੁਹਾਨੂੰ ਇੱਕ ਪੂਰਾ ਉਸਦਾ ਪੂਰਾ ਇੱਕ ਵਧੀਆ ਦ੍ਰਿਸ਼, ਜਿੰਨੀਆਂ ਕੁ ਵੀ ਐਕਟੀਵਿਟੀਜ਼ ਹੋਈਆਂ ਉਸਦਾ ਮੈਕਸੀਮਮ ਜਿੰਨਾ ਅਸੀਂ ਦਿਖਾ ਸਕਾਂਗੇ ਇਸ ਸੈਗਮੈਂਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਤੇ ਅਗਲੇ ਸੈਗਮੈਂਟ ਦੇ ਵਿੱਚ ਵੀ ਹੋਰ ਕਾਲਾਂ ਵੀ ਲਵਾਂਗੇ ਅਤੇ ਹੋਰ ਵੀ ਦਿਖਾਵਾਂਗੇ। ਸੋ ਪਲੀਜ਼ ਜਿਹੜੇ ਵੀ ਕਾਲਰ ਕਾਲਾਂ ਕਰਨਾ ਚਾਹੁੰਦੇ ਨੇ ਕਾਲਾਂ ਕਰਕੇ ਜੁੜ ਸਕਦੇ ਨੇ ਅਤੇ ਮੈਂ ਆਪਣੇ ਦੀਪਕ ਸਰ ਉਹਨਾਂ ਨੂੰ ਕਹਾਂਗਾ ਕਿ ਪਲੀਜ਼ ਜਿਹੜੀ ਆਪਣੀ ਵੀਡੀਓ ਹੈਗੀ ਆ ਉਹਨੂੰ ਦਿਖਾਇਆ ਜਾਵੇ। ਦਰਸ਼ਕੋ, ਆਪਾਂ ਫਿਲਾਡੈਲਫੀਆ ਦੇ ਵਿੱਚ ਇਸ ਟਾਈਮ ਕਿਸਾਨ ਰੈਲੀ ਜਿਹੜੀ ਆ ਕਿ ਟ੍ਰਾਈ ਸਟੇਟ ਫਿਲਾਡੈਲਫੀਆ, ਨਿਊਯਾਰਕ, ਨਿਊਜਰਸੀ, ਡੈਲਵਰ ਅਤੇ ਇਲਾਕੇ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਜਿਹਦੇ ਵਿੱਚ ਕਿ ਯੂਥ ਨੇ ਮਿਡਲ ਸਕੂਲ ਤੋਂ ਲੈ ਕੇ ਐਲੀਮੈਂਟਰੀ ਸਕੂਲ ਤੋਂ ਲੈ ਕੇ ਮੈਂ ਕਹਾਂਗਾ ਹਾਈ ਸਕੂਲ ਤੱਕ ਤੋਂ ਲੈ ਕੇ ਕਾਲਜ ਅਤੇ ਯੂਨੀਵਰਸਿਟੀ ਤੱਕ ਲੈਵਲ ਦੇ ਜਿਹੜੇ ਯੂਥ ਨੇ ਅੱਜ ਦੀ ਜਿਹੜੀ ਰੈਲੀ ਹੈ ਉਹ ਉਸ ਨੂੰ ਅੰਜਾਮ ਦੇ ਰਹੇ ਨੇ ਅਤੇ ਜਿਸ ਦੇ ਵਿੱਚ ਫਿਲਾਡੈਲਫੀਆ ਦੀ ਲੋਕਲ ਸੰਗਤ ਦਾ ਬਹੁਤ ਬਹੁਤ ਸਹਿਯੋਗ ਹੈ ਅਤੇ ਉੱਥੇ ਹੀ ਜਸ ਪੰਜਾਬੀ ਦਾ ਵੀ ਉਹਨਾਂ ਦੇ ਨਾਲ ਪੂਰਾ ਪੂਰਾ ਸਹਿਯੋਗ ਹੈ ਅਤੇ ਮੈਂ ਜਸ ਪੰਜਾਬੀ ਵੱਲੋਂ ਅੱਜ ਇਸ ਰੈਲੀ ਦੀ ਕਵਰੇਜ ਦੇ ਵਿੱਚ ਹਾਂ ਅਤੇ ਤੁਹਾਨੂੰ ਅੱਗੇ ਜਾ ਕੇ ਹੋਰ ਵੀ ਜਿਹੜੇ ਮੁਕਾਮ ਹੋਣਗੇ, ਮੰਜ਼ਰ ਹੋਣਗੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਅੱਜ ਦੀ ਜਿਹੜੀ ਇਹ ਰੈਲੀ ਹੈ ਖਾਸ ਤੌਰ 'ਤੇ ਨੌਜਵਾਨਾਂ ਵੱਲੋਂ ਔਰਗਨਾਈਜ਼ ਕੀਤੀ ਗਈ ਹੈ ਜਿਸ 'ਚ ਤੁਸੀਂ ਦੇਖ ਰਹੇ ਹੋ ਕਾਫੀ ਵੱਡਾ ਕਾਫਿਲਾ ਜਿਹੜਾ ਆ
ਫਿਲਾਡੈਲਫੀਆ ਦੇ ਮਾਰਕਟ ਸਟਰੀਟ ਦੇ ਉੱਪਰ ਇਸ ਟਾਈਮ ਸਿਟੀ ਹਾਲ ਦੇ ਲਾਗੇ ਪਹੁੰਚ ਚੁੱਕੇ ਹਾਂ। ਸਿਟੀ ਹਾਲ ਤੋਂ ਹੁੰਦੀ ਹੋਈ ਇਹ ਵਿਸ਼ਾਲ ਰੈਲੀ ਜਿਹੜੀ ਹੈ ਆਰਟ ਮਿਊਜ਼ੀਅਮ ਵੱਲ ਨੂੰ ਜਾ ਰਹੀ ਹੈ। ਫਿਲਾਡੈਲਫੀਆ ਦੇ ਵਿੱਚ ਇਹ ਜਿਹੜਾ ਬੈਂਜਾਮਿਨ ਫਰੈਂਕਲਿਨ ਪਾਰਕ ਹੋਇਆ ਹੈ ਇਹ ਰੈਲੀਆਂ ਦੇ ਵਾਸਤੇ ਇੱਥੇ ਵੱਖਰੇ ਵੱਖਰੇ ਦੇਸ਼ਾਂ ਦੀਆਂ ਜਾਂ ਵੱਖਰੇ ਵੱਖਰੇ ਮੁਲਕਾਂ ਦੀਆਂ ਕੋਈ ਵੀ ਰੈਲੀਜ਼ ਹੁੰਦੀਆਂ ਨੇ ਪ੍ਰੋਟੈਸਟ ਹੁੰਦੇ ਨਾ ਤਾਂ ਉਸ ਦੇ ਵਾਸਤੇ ਇਹ ਜਗ੍ਹਾ ਜਿਹੜੀ ਹੈ ਕਾਫੀ ਮਸ਼ਹੂਰ ਹੈ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਕਾਫਲਾ ਜਿਹੜਾ ਕਾਰਾਂ ਦਾ ਇਹ ਵਿਸ਼ਾਲ ਕਾਰ ਰੈਲੀ ਜਿਹੜੀ ਅੱਜ ਫਿਲਾਡੈਲਫੀਆ ਵਿੱਚ ਆਯੋਜਿਤ ਕੀਤੀ ਗਈ ਆ ਖਾਸ ਕਰਕੇ ਨੌਜਵਾਨਾਂ ਵੱਲੋਂ ਟ੍ਰਾਈ ਸਟੇਟ ਦੇ ਨੌਜਵਾਨ ਜਿਸ ਦੇ ਵਿੱਚ ਨਿਊ ਜਰਸੀ ਨਿਊਯਾਰਕ ਫਿਲਾਡੈਲਫੀਆ ਡੈਲਾਵੇਅਰ ਅਤੇ ਮੈਰੀਲੈਂਡ ਦੇ ਨੌਜਵਾਨਾਂ ਨੇ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਐਲੀਮੈਂਟਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਦੇ ਨੌਜਵਾਨਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਆ ਅਤੇ ਅੱਗੇ ਚੱਲ ਕੇ ਤੁਹਾਨੂੰ ਅਸੀਂ ਹੋਰ ਵੀ ਇਸ ਦੇ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਨੇ ਸਟੇਜ ਦੇ ਉੱਪਰ ਜਿੱਥੋਂ ਵੱਖਰੇ ਵੱਖਰੇ ਸਪੀਚਸ ਹੋਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ। On the farmers' protest that is occurring in India. This issue is affecting so many people in India, whether they be Punjabi, Haryanvi, or from a different state in India. The way these peaceful protesters are being treated is disheartening and inhumane. The rally and the protest is to honor those who are actively fighting for justice. We honor specifically Nodeep Kaur and her strength to speak out, even though she's getting mistreated and not being treated like a human. We look to all those that are sitting in the harsh conditions and refusing to give up. To close, let's make people aware of the issue and how it affects everyone globally. No farmers, no food, no future. Kisan Ekta Zindabad! ਗੱਲ ਸੁਣ ਲੈ ਦਿੱਲੀਏ ਨੀ ਕੱਢਣੀ ਤੇਰੀ ਹਿੱਕ ਚ ਜਿੱਤ ਦੀ ਰੈਲੀ ਆ ਉਹ ਪੰਜਾਬੋ ਪਹੁੰਚ ਗਏ ਜਿਨ੍ਹਾਂ ਨੂੰ ਕਹਿਨੀ ਐ ਤੂੰ ਵੈਲੀ ਆ ਉਹ ਪੰਜਾਬੋ ਪਹੁੰਚ ਗਏ ਜਿਨ੍ਹਾਂ ਨੂੰ ਕਹਿਨੀ ਐ ਤੂੰ ਵੈਲੀ ਆ ਰਿਕਾਰਡ ਚੈੱਕ ਕਰ ਲਈ ਔਰ ਕਾਰਡ ਚੈੱਕ ਕਰ ਲਈ ਸਾਡੀ ਮੁਲਾਕਾਤ ਨਾ ਪਹਿਲੀ ਆ ਗੱਲ ਸੁਣ ਲੈ ਦਿੱਲੀਏ ਨੀ ਕੱਢਣੀ ਤੇਰੀ ਹਿੱਕ ਚ ਜਿੱਤ ਦੀ ਰੈਲੀ ਆ ਉਹ ਪੰਜਾਬੋ ਪਹੁੰਚ ਗਏ ਜਿਨ੍ਹਾਂ ਨੂੰ ਕਹਿਨੀ ਐ ਤੂੰ ਵੈਲੀ ਆ। There are so many injustices happening in the world right now. People are being killed, attacked, treated horribly for simply wanting a better life. Nodeep Kaur has been in jail since January 12th, Shiv Kumar since January 23rd, Ranjit Singh since January 29th, and Jagtar Singh Johal has been in jail since 2017. All for speaking up about the truth. They don't deserve to be in jail, and this is the same country that continues to pride itself on being the biggest democracy in the world. This is not a democracy. How is it that the Indian media has turned the farmers into terrorists? Every day my heart breaks watching more and more of our people going missing. There are 70 to 80 year olds being arrested and their families don't even know. 207 farmer deaths. A leader who allows innocent people to be attacked and killed right in front of his own eyes does not deserve to lead a country. See, this was never a religious movement, but it was always the government and the media who has chosen to target Sikhs for years. They need to understand that this time they won't run free from all their transgressions. Because this time we have things like the internet. And they realize that and they know what they're doing. This is why it's so important that we are here today. To show the world what is happening to Sikhs, other minority religions, and anyone who speaks up about what's happening in India. What we are doing here today creates a chance for us to educate our community. What we are doing today is what got Rihanna, Greta Thunberg, Mina Harris, Trevor Noah, and countless other international personalities to use their large platforms to speak up and spread our message. People are learning,
sympathizing, and that scares India. They continue to try to silence us, but they won't, because they won't succeed, because even from over 7,000 miles away, we stand alongside our farmers. Kisan Ekta! Kisan Ekta! Asi kisan ha, na ki terrorist. We are farmers and not terrorists. Aaj asi India di government nu terrorist disde ha, par jadon kisan de bacche army ch border te khade han, odo ohni disda. They are calling us separatists and defaming our name. Prime Minister keh reha ki eh log English bolde han, te educated han, te kisan nahi ge. Jadon ki kisan de bacche army cha doctor han, ਵਕੀਲ ਹਨ ਅਤੇ ਹੋਰ ਕੋਈ ਜੋਬਸ ਕਰ ਰਹੇ ਹਨ ਅਤੇ ਕੀ ਉਹ ਪੜ੍ਹੇ ਲਿਖੇ ਨਹੀਂ ਹਨ ਆਈ ਜਸਟ ਵਾਂਟ ਟੂ ਐਂਡ ਬਾਈ ਸੇਇੰਗ ਦੈਟ ਦ ਕਿਸਾਨਸ ਫਾਈਟ ਇਜ਼ ਰੀਅਲ ਐਂਡ ਪੇਨਫੁਲ ਦੇਅਰ ਇਜ਼ ਅ ਰੀਜ਼ਨ ਦੈਟ ਦੇ ਆਰ ਐਟ ਦ ਨੈਸ਼ਨਲ ਹਾਈਵੇਜ਼ ਐਟ ਦਿੱਲੀ ਦ ਇੰਟਰਨੈਸ਼ਨਲ ਮੀਡੀਆ ਐਂਡ ਐਵਰੀਵਨ ਐਲਸ ਵਰਲਡਵਾਈਡ ਸ਼ੁੱਡ ਨਾਟ ਡਿਸਰੀਗਾਰਡ ਦੈਮ ਬਿਕਾਜ਼ ਦੇਅਰ ਲੈਂਡ ਇਜ਼ ਬੀਇੰਗ ਟੇਕਨ ਅਵੇ ਫਰਮ ਦੈਮ ਐਵਰੀਵਨ ਸ਼ੁੱਡ ਬੀ ਪੇਇੰਗ ਅਟੈਂਸ਼ਨ ਟੂ ਦਿਸ ਐਂਡ ਦ ਹਿਊਮਨ ਰਾਈਟਸ ਐਕਟਿਵਿਸਟ ਐਂਡ ਇੰਟਰਨੈਸ਼ਨਲ ਮੀਡੀਆ needs to wake up and see what is going on. Are kisans not human as well? Kisan mazdoor ekta zindabad. Bole son hai. Ji darshako, jis tarah tusi dekheya ki eh jehdi barish de vich vi naujawanan ne jehda ki eh rally da daur siga jehda pura sama siga oh pura unna ne ਆਪਣਾ ਯੋਗਦਾਨ ਪਾਇਆ ਇਸ ਰੈਲੀ ਦੇ ਵਿੱਚ ਜਿੰਨੀਆਂ ਵੱਧ ਤੋਂ ਵੱਧ ਫੁਟੇਜ ਤੁਹਾਨੂੰ ਦਿਖਾ ਸਕਦੇ ਸੀਗੇ ਦਿਖਾਈਆਂ ਨੇ ਹੋਰ ਵੀ ਅੱਗੇ ਦਿਖਾਵਾਂਗੇ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਵੱਖਰੇ ਵੱਖਰੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਇਸ ਵਿਸ਼ਾਲ ਰੈਲੀ ਦੀਆਂ ਫੁਟੇਜ ਹੈਗੀਆਂ ਨੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਪਰ ਮੈਂ ਗੱਲ ਫਿਰ ਉੱਥੇ ਆ ਜਾਂਦੀ ਹੈ ਮੁੜ ਕੇ ਕਿ ਜਿਹੜਾ ਇੰਨੀ ਠੰਡ ਦੇ ਵਿੱਚ ਜਿੱਥੇ ਸਾਡੇ ਭੈਣ ਭਰਾ ਵੀਰ ਇੰਡੀਆ ਦੇ ਵਿੱਚ ਬਾਰਡਰਾਂ ਦੇ ਉੱਪਰ ਜਿੱਥੇ ਡਟੇ ਹੋਏ ਨੇ ਜਿੱਥੇ ਬੈਠੇ ਨੇ ਇੰਨੀ ਠੰਡ ਦੇ ਵਿੱਚ ਅਸੀਂ ਇੱਕ ਦਿਨ ਦੇ ਵਿੱਚ ਉਹ ਮਹਿਸੂਸ ਕਰ ਲਿਆ ਅਤੇ ਉਹਨਾਂ ਦੇ ਮਹੀਨਿਆਂ ਦੀ ਜਿਹੜੀ ਮਿਹਨਤ ਹੈਗੀ ਆ ਉਹ ਜ਼ਰੂਰ ਰੰਗ ਲਿਆਏਗੀ ਅਤੇ ਜੇ ਤੁਸੀਂ ਵੀ ਕਿਸੇ ਦਾ ਕੋਈ ਵੀ ਕਿਸੇ ਤਰੀਕੇ ਦਾ ਵਿਚਾਰ ਹੈ ਜ਼ਰੂਰ ਸਾਡੇ ਨਾਲ ਕਾਲ ਰਾਹੀਂ ਤੁਸੀਂ ਸਾਂਝਾ ਕਰ ਸਕਦੇ ਹੋ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਅਤੇ ਦਰਸ਼ਕੋ ਇਸੇ ਤਰ੍ਹਾਂ ਗੱਲਬਾਤ ਅਸੀਂ ਤੁਹਾਡੇ ਨਾਲ ਅੱਗੇ ਜਾਰੀ ਰੱਖਾਂਗੇ ਤਾਂ ਹੋਰ ਵੀ ਜਿੰਨੀ ਕੁ ਵੀ ਵੱਧ ਤੋਂ ਵੱਧ ਤੁਹਾਨੂੰ ਫੁਟੇਜ ਦਿਖਾ ਸਕਾਂਗੇ ਜ਼ਰੂਰ ਦਿਖਾਵਾਂਗੇ ਅਤੇ ਵੇਲਾ ਫਿਰ ਬ੍ਰੇਕ ਦਾ ਹੋ ਚੱਲਿਆ ਦਰਸ਼ਕੋ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਅਤੇ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਲਈ ਆ ਰਹੇ ਹਾਂ ਅਸੀਂ ਇਸ ਬ੍ਰੇਕ ਤੋਂ ਬਾਅਦ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ ਫਿਲਾਡੈਲਫੀਆ ਪੈਨਸੋਲੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਕਿਸੇ ਹੋਰ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਅਤੇ ਅੱਜ ਦੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਲਾਈਵ ਜੇ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਥੱਲੇ ਲਿਖੇ ਨੰਬਰ ਦੇ ਉੱਪਰ ਡਾਇਲ ਕਰਕੇ ਸੋ ਦਰਸ਼ਕੋ ਦੱਸ ਦਈਏ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਕਾਰੋਬਾਰ ਪੰਜਾਬੀਆਂ ਦਾ ਦੇ ਇਹ ਅਸੀਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਹਾਂ ਜਿਸ ਦੇ ਵਿੱਚ ਕਿ ਸੈਟਰਡੇ ਨੂੰ ਜਿਹੜੀ ਕਿ ਫਿਲਾਡੈਲਫੀਆ ਵਿਖੇ ਵਿਸ਼ਾਲ ਕਿਸਾਨ ਰੈਲੀ ਜਿਹੜੇ ਕਿ ਸਾਡੇ ਟ੍ਰਾਈ ਸਟੇਟ ਏਰੀਏ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀਗੀ ਜਿਸ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਦੇ ਸਟੂਡੈਂਟਸ ਤੱਕ ਨੇ ਉਸ ਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਸ ਰੈਲੀ ਨੂੰ ਅੰਜਾਮ ਦਿੱਤਾ ਪੂਰੇ ਰੂਲ ਰੈਗੂਲੇਸ਼ਨਸ ਨੂੰ ਫੋਲੋ ਕਰਕੇ ਪੂਰਾ ਸਫਾਈ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਇਸ ਰੈਲੀ ਨੂੰ ਇੱਕ ਬਹੁਤ ਵਧੀਆ ਇੰਜਾਮ ਦਿੱਤਾ ਅਤੇ ਤੁਸੀਂ ਵੀ ਜੇ ਉਸ ਰੈਲੀ ਦਾ ਹਿੱਸਾ ਨਹੀਂ ਬਣ ਸਕੇ ਤਾਂ ਅਸੀਂ ਜਿੰਨੀ ਕੁ ਵੀ ਤੁਹਾਨੂੰ ਉਹਨਾਂ ਉੱਥੇ ਦੀਆਂ ਫੁਟੇਜ ਹੈਗੀਆਂ ਨੇ ਤੁਹਾਨੂੰ ਦਿਖਾਈਆਂ ਨੇ ਅਤੇ ਹੋਰ ਵੀ ਦਿਖਾਵਾਂਗੇ ਅਤੇ ਹੋਰ ਵੱਖਰੇ ਵੱਖਰੇ ਪ੍ਰੋਗਰਾਮਾਂ ਰਾਹੀਂ ਹੋਰ ਨਿਊਜ਼ ਰਾਹੀਂ ਵੀ ਤੁਹਾਨੂੰ ਉਸਦੀਆਂ ਫੁਟੇਜ ਦੇਖਣ ਨੂੰ ਮਿਲਣਗੀਆਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਲਰਸ ਵੀ ਲੈ ਰਹੇ ਹਾਂ ਅਤੇ ਸਾਡੇ ਨਾਲ ਕਾਲਰ ਜੁੜੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਸਾਹਿਬ ਬੋਲ ਰਹੇ ਨੇ ਲਾਲ ਸਿੰਘ ਬੋਲਦਾ ਜੀ ਹਾਂਜੀ ਲਾਲ ਸਿੰਘ ਜੀ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਾਂਜੀ ਲਾਲ ਸਿੰਘ ਜੀ ਤੁਸੀਂ ਵੀ ਸੀਗੇ ਉਸ ਦਿਨ ਰੈਲੀ ਦੇ ਵਿੱਚ ਅਤੇ ਸ਼ੁਕਰੀਆ ਕਾਲ ਕਰਨ ਵਾਸਤੇ ਅਤੇ ਤੁਸੀਂ ਹਮੇਸ਼ਾ ਹਰ ਜਗ੍ਹਾ ਦੇ ਉੱਪਰ ਉਹ ਭਾਵੇਂ ਕੋਈ ਸਪੋਰਟਸ ਈਵੈਂਟਸ ਹੋਣ
ਜਾਂ ਹੋਰ ਕੋਈ ਵੀ ਈਵੈਂਟਸ ਹੋਣ ਉਸ ਦੇ ਵਿੱਚ ਖਾਸ ਕਰਕੇ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਯੂਥ ਦੀ ਗੱਲ ਆਉਂਦੀ ਹੈ, ਸਪੋਰਟਸ ਦੀ ਗੱਲ ਆਉਂਦੀ ਹੈ ਜਾਂ ਹੋਰ ਵੀ ਇੱਦਾਂ ਦੀਆਂ ਚੀਜ਼ ਗੱਲਾਂ ਆਉਂਦੀਆਂ ਨੇ, ਉਸ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਪਹੁੰਚ ਕਰਦਾ ਆ, ਈਵਨ ਮੇਰੇ ਕੋਲ ਵੀ ਕੋਈ ਜੇ ਪਹੁੰਚ ਕਰਦੇ ਨੇ ਬੱਚੇ ਯੂਥ 'ਤੇ, ਮੈਂ ਵੀ ਉਹਨਾਂ ਦੀ ਪੂਰੀ ਸਪੋਰਟ ਕਰਦਾ ਵਾਂ ਅਤੇ ਜ਼ਰੂਰ ਚਾਨਣਾ ਪਾਓ ਜੀ। ਹਾਂਜੀ, ਪਹਿਲਾਂ ਤਾਂ ਆਪ ਜੀ ਦਾ, ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੱਚਿਆਂ ਨੂੰ, ਜੋ ਉਪਰਾਲਾ ਜੋ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਕਾਲਜਾਂ ਦੇ ਬੱਚੇ, ਜਿਨ੍ਹਾਂ ਨੇ ਇਹ ਰੈਲੀ ਔਰਗੇਨਾਈਜ਼ ਕੀਤੀ ਸੀ, ਉਹਨਾਂ ਦਾ ਹੌਸਲਾ ਅਫਜਾਈ ਕੀਤਾ। ਆਪ ਨੇ ਪਹਿਲਾਂ ਵੀ ਸ਼ੋਅ ਕੀਤਾ ਸੀ, ਇਹਨੂੰ ਬਹੁਤ ਵਧੀਆ ਵੱਡਾ ਬੂਸਟ ਮਿਲਿਆ, ਬੱਚਿਆਂ ਨੂੰ ਹੌਸਲਾ ਮਿਲਿਆ ਅਤੇ ਆ ਕੇ ਇੰਨੀ ਠੰਡ ਦੇ ਵਿੱਚ ਤੁਸੀਂ ਕਵਰੇਜ ਕੀਤੀ ਆ, ਮੈਂ ਦੇਖ ਰਿਹਾ ਜੀ ਤੁਹਾਡਾ ਕਾਫੀ ਸਰੀਰ ਕੰਮ ਰਿਹਾ, ਚਾਹ ਵੀ ਤੁਹਾਨੂੰ ਪੜਾਈ। ਅਤੇ ਦੂਜੀ ਗੱਲ ਹੈਗਾ, ਸਾਡੇ ਬੱਚਿਆਂ ਦੇ ਵਿੱਚ ਇਹ ਜਿਹੜਾ ਉਤਸ਼ਾਹ ਆਇਆ, ਇਸ ਵੇਲੇ ਸਾਡੇ ਜੋ ਕਿਸਾਨ ਭੈਣ ਵੀਰ ਉੱਥੇ ਬੈਠੇ ਨੇ ਇੰਨੀ ਠੰਡ ਦੇ ਵਿੱਚ, ਉਹਨਾਂ ਵੱਲ ਦੇਖ ਕੇ ਆਉਂਦਾ ਆ ਵੀ ਸਾਨੂੰ ਵੀ ਉਹਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨਾ ਚਾਹੀਦਾ ਹੈ। ਇਹਦੇ ਨਾਲ ਬੱਚਿਆਂ ਦਾ ਇਸ ਪਾਸੇ ਨੂੰ ਤੁਰਨਾ, ਮੋਦੀ ਨੇ ਕਾਲੇ ਕਾਨੂੰਨ ਬਣਾਉਣੇ, 3 ਕਾਲੇ ਕਾਨੂੰਨ, ਉਹਦੇ ਕਰਕੇ ਬੱਚਿਆਂ ਨੂੰ ਜਾਗਰਤੀ ਆਈ ਆ ਕਿ ਸੈਂਟਰ ਦੀ ਸਰਕਾਰ ਜਿਹੜੀ ਆ ਇੰਡੀਆ ਦੀ ਸਾਡੇ ਨਾਲ ਧੱਕਾ ਕਰਦੀ ਆ। ਦੂਸਰੀ ਗੱਲ, ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਬੱਚੇ ਇਸ ਪਾਸੇ ਨੂੰ ਤੁਰ ਪਏ, ਜਿਹੜੇ ਕਿ ਇੱਥੇ ਦੇ ਕਲਚਰ ਨਾਲ ਜ਼ਿਆਦਾ ਜੁੜੇ ਰਹਿੰਦੇ ਸੀ, ਪਿਛਲੇ ਤਾਂ ਉਹਨਾਂ ਨੂੰ ਐਡਾ ਕੋਈ ਖਿਆਲ ਨਹੀਂ ਸੀ ਹੁੰਦਾ, ਬਸ ਇੱਥੇ ਪੜ੍ਹਾਈ ਕਰ ਲਈ, ਆਪਦੇ ਹੋਰ ਕੰਮ ਧੰਦੇ ਕਰ ਲਏ। ਤਾਂ ਮੋਦੀ ਦਾ ਅਸੀਂ ਫਿਰ ਧੰਨਵਾਦ ਕਰਦੇ ਹਾਂ ਭਾਈ, ਜਿਹਨੇ ਕਾਲੇ ਕਾਨੂੰਨ ਲਿਆ ਕੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਮੇਰਾ ਖਿਆਲ ਆ 100 ਸਾਲ ਲਈ ਤਾਂ ਜਗਾ ਦਿੱਤਾ ਕਿ ਉਹਨਾਂ ਨੂੰ ਇਹ ਗੱਲਾਂ ਚੇਤੇ ਰਹਿਣਗੀਆਂ ਵੀ 2020 ਅਤੇ 2021 ਵਿੱਚ ਸਾਡੇ ਬਜ਼ੁਰਗਾਂ ਨੇ ਇੱਕ ਐਸਾ ਮੋਰਚਾ ਲਾਇਆ ਸੀ ਜਿਹੜਾ ਕਿ ਕਾਨੂੰਨ, ਕਾਲੇ ਕਾਨੂੰਨ ਕਿਸਾਨੀ ਦੇ ਵਿਰੁੱਧ ਬਣਾਏ ਸੀ, ਪਰ ਅੜੀਅਲ ਸਰਕਾਰ ਦਾ ਵਤੀਰਾ ਕਰਕੇ ਉਹ ਟਸ ਤੇ ਮਸ ਨਹੀਂ ਹੋ ਰਹੀ। ਇਸ ਕਰਕੇ ਅਸੀਂ ਇਹਨਾਂ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਾਕੀ ਜਿਹੜੇ ਵੀਰਾਂ ਨੇ ਸਾਡਾ ਸਾਥ ਦਿੱਤਾ ਇਹਨਾਂ ਬੱਚਿਆਂ ਦਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਲਾਲ ਸਿੰਘ ਜੀ, ਆਪਾਂ ਜਿੱਥੇ ਗੱਲ ਕਰਦੇ ਹਾਂ, ਜਿੱਦਾਂ ਮੈਨੂੰ ਗੱਲ ਬਹੁਤ ਵਧੀਆ ਲੱਗੀ ਅਤੇ ਉਸ ਗੱਲ ਨੂੰ ਮੈਂ ਥੋੜ੍ਹੀ ਹੋਰ ਵੀ ਲੰਬੀ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦਾ ਕਿ ਸਾਡੇ ਬੱਚਿਆਂ ਨੂੰ ਮੁੜ ਕੇ ਵੇਖਣ ਦਾ ਮੌਕਾ ਦਿੱਤਾ ਉਹਨਾਂ ਨੇ, ਕਿਉਂਕਿ ਸਾਡੇ ਜਿਹੜੇ ਯੂਥ ਸੀਗੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ, ਪਰ ਮੋਸਟ ਆਫ ਜ਼ਿਆਦਾ ਆਪਣੀ ਸਟੱਡੀਜ਼ ਵਿੱਚ ਬਿਜ਼ੀ ਹੁੰਦੇ ਸੀ, ਇੰਡੀਆ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਇੰਨਾ ਬੋਦਰ ਨਹੀਂ ਸੀ ਕਰਦੇ, ਨਾ ਇੰਡੀਆ ਦੀ ਪੋਲੀਟਿਕਸ ਨੂੰ ਕਦੀ ਬੋਦਰ ਕਰਦੇ ਸੀਗੇ, ਨਾ ਕਿਸੇ ਹੋਰ ਵੀ ਕਈ ਚੀਜ਼ਾਂ ਨੂੰ, ਲਾਈਕ ਉਹ ਕਹਿੰਦੇ ਸੀ ਵੀ ਡੋਂਟ ਕੇਅਰ, ਈਵਨ ਕਿ ਐਡਾ ਵੱਡੇ ਪੱਧਰ ਦਾ ਇੱਕ ਆਪਣੇ ਇੰਡੀਆ ਦੇ ਵਿੱਚ ਸਪੋਰਟਸ ਹੈਗਾ ਵਾ ਕ੍ਰਿਕਟ, ਬਹੁਤ ਸਾਰੇ ਸਾਡੇ ਯੂਥ ਜਿਹੜੇ ਆ ਉਹਨੂੰ ਵੀ ਨਹੀਂ ਸੀ ਫੋਲੋ ਕਰਦੇ, ਪਰ ਆਹ ਜਿਹੜੀ ਆਹ ਜਿਹੜਾ ਜਿਹੜਾ ਕਿਸਾਨ ਮੁੱਦਾ ਜਿਹੜਾ ਇੱਕ ਐਡਾ ਵਿਸ਼ਾਲ ਮੋਰਚਾ ਜਿਹੜਾ ਆਪਣੇ ਨੌਜਵਾਨਾਂ ਨੇ ਉਸਦੇ ਸੰਬੰਧ ਦੇ ਵਿੱਚ, ਆਪਾਂ ਇਹ ਨਹੀਂ ਕਹਿੰਦੇ ਕਿ ਇੱਕ ਇੱਕ ਸਟੇਟ ਜਾਂ ਇੱਕ ਸਿਟੀ ਦੇ ਬੱਚੇ ਸੀਗੇ ਇਸ ਦੇ ਵਿੱਚ, ਤੁਹਾਨੂੰ ਪਤਾ ਹੀ ਆ ਕਿੱਥੋਂ ਕਿੱਥੋਂ ਬੱਚੇ ਆਏ ਸੀਗੇ ਅਤੇ ਉਸ ਦੇ ਵਿੱਚ ਤੁਹਾਡੇ ਬੱਚਿਆਂ ਦਾ ਵੀ ਪੂਰਾ ਸਹਿਯੋਗ ਸੀਗਾ, ਸੋ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਅਤੇ ਕਿੱਥੋਂ ਕਿੱਥੋਂ ਬੱਚੇ ਆਏ ਸੀਗੇ ਅਤੇ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਸਾਡੇ ਬੱਚਿਆਂ ਨੂੰ ਪਿੱਛੇ ਮੁੜ ਦੇਖਣ ਬਾਰੇ ਮਜਬੂਰ ਕਰ ਦਿੱਤਾ, ਅਤੇ ਇੱਕ ਵਾਰ ਜਿਹੜੇ ਜਿਹਨੂੰ ਇਹਨਾਂ ਨੇ ਸਾਡੇ ਨੌਜਵਾਨ ਜਿੱਧਰ ਨੂੰ ਧਿਆਨ ਕਰ ਦਿੰਦੇ ਨੇ ਅਤੇ ਫਿਰ ਉਸ ਤਰਫ ਨੂੰ, ਮੈਨੂੰ ਤਾਂ ਲੱਗਦਾ ਆ ਇਹ ਕੁਛ ਬੱਚੇ ਜਿਹੜੇ ਆ ਬਣਾ ਕੇ ਗਰੁੱਪ, ਮੈਨੂੰ ਲੱਗਦਾ ਆ ਉਹ ਕਿਤੇ ਉੱਥੇ ਬਾਰਡਰ 'ਤੇ ਨਾ ਪਹੁੰਚ ਜਾਣ। ਹਾਂਜੀ, ਗੱਲ ਇੱਦਾਂ ਹੈਗੀ ਆ, ਜਿਹੜੇ ਬੱਚਿਆਂ ਦਾ ਜਿੱਥੇ ਤੱਕ ਸਵਾਲ ਹੈ, ਬੱਚੇ ਨਿਊਯਾਰਕ ਤੋਂ ਆਏ, ਉਹਨਾਂ ਵੀਰਾਂ ਨੇ ਬੜੀ ਨੌਜਵਾਨਾਂ ਨੇ ਆ ਕੇ ਸੇਵਾ ਇੱਥੇ ਕੀਤੀ, ਲੰਗਰ ਸਾਡੇ ਜਿਹੜੇ ਸਾਡੇ ਸੇਵਾਦਾਰ ਆ ਉਹਨਾਂ ਨੇ ਬਣਾਇਆ, ਬਹੁਤ ਧੰਨਵਾਦ ਉਹਨਾਂ ਦਾ, ਚਾਹ ਦਾ ਲੰਗਰ, ਖਾਣ ਪੀਣ ਦੀ ਸਾਡੇ ਚਲੋ ਫਿਲਾਡਲਫੀਆ ਆ ਪਹਿਲਾਂ ਤੋਂ ਹੀ ਸਭ ਤੋਂ ਅੱਗੇ ਹੁੰਦਾ ਕੋਈ ਵੀ ਈਵੈਂਟ ਹੋਵੇ। ਗੱਲ ਇੱਦਾਂ ਹੈਗੀ ਆ, ਬੱਚਿਆਂ ਨੇ ਆਲਰੇਡੀ ਇਹਦੇ 'ਤੇ ਦੁਬਾਰਾ ਕੰਮ ਕਰਨਾ ਸ਼ੁਰੂ ਕੀਤਾ। ਚਲੋ ਮੇਰੀ ਆਪਣੀ ਬੇਟੀ ਨਾਲ ਗੱਲਬਾਤ ਹੁੰਦੀ ਸੀ, ਉਹ ਕਹਿੰਦੇ ਵੀ ਅਸੀਂ ਇੱਕ ਇਹੋ ਜਿਹੀ ਔਰਗੇਨਾਈਜ਼ ਬਣਾਵਾਂਗੇ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਤੁਹਾਡਾ ਕਜ਼ਨ ਡਾਕਟਰ ਉੱਥੇ ਸੇਵਾ ਕਰਦਾ ਆ, ਉਹਨੂੰ ਹੀ ਸੇਵਾ, ਨਿਊਯਾਰਕ ਵਾਲੇ ਬੱਚੇ ਆਪਦਾ ਸਟਾਲ ਲਾਉਂਦੇ ਆ ਰਿਚਮੁੰਡ ਹਿੱਲ ਗੁਰਦੁਆਰੇ, ਅਤੇ ਸਾਡੀ ਬੱਚੀ ਦੱਸਦੀ ਸੀ ਵੀ ਆਪਾਂ ਵੀ ਕਿਉਂ ਨਾ ਇਹੋ ਜਿਹਾ ਕੰਮ ਕਰੀਏ, ਜਿਹੜੇ ਕਿ ਮੈਡੀਕਲ ਜਾਂ ਹੋਰ ਕੋਈ ਚੀਜ਼ ਦੀ ਜ਼ਰੂਰਤ ਆ, ਆਪਾਂ ਲਗਾਤਾਰ ਉਹਨਾਂ ਦੀ ਸਪੋਰਟ ਕਰੀਏ। ਬਾਕੀ ਜਿਹੜਾ ਬੱਚਿਆਂ ਨੇ ਉੱਧਰ ਉਤਸ਼ਾਹ ਦਿਖਾ ਲਿਆ, ਕਿਉਂਕਿ ਮੌਸਮ ਇੰਨਾ ਕੁ ਜ਼ਿਆਦਾ ਖਰਾਬ ਸੀ ਜਿਹਦੀ ਕਹਿਣ ਦੀ ਕੋਈ ਹੱਦ ਨਹੀਂ ਸੀ, ਫਿਰ ਵੀ ਅਸੀਂ ਆਪਦਾ ਬੱਚਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਬੱਚੇ ਇਸ ਪਾਸੇ ਨੂੰ ਤੁਰੇ ਆ, ਸਾਨੂੰ ਇਹ ਬਹੁਤ ਜ਼ਿਆਦਾ ਵੱਡੀ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨੇ ਇਹ ਕਦਮ ਚੱਕਿਆ, ਕਿਉਂਕਿ ਬੱਚੇ ਪਹਿਲਾਂ ਇਸ ਪਾਸੇ ਨੂੰ
ਬਹੁਤ ਘੱਟ ਤੁਰਦੇ ਸੀ, ਬਹੁਤ ਹੀ ਜ਼ਿਆਦਾ ਘੱਟ ਤੁਰਦੇ ਸੀਗੇ। ਪੰਜਾਬ ਜਾਂ ਇੰਡੀਆ ਦੀ ਪੋਲੀਟਿਕਸ 'ਚ ਕੀ ਹੋ ਰਿਹਾ, ਪੰਜਾਬ 'ਚ ਕੀ ਹੋ ਰਿਹਾ, ਜਾਂ ਸਾਡੇ ਨਾਲ 84 'ਚ ਕੀ ਹੋਇਆ, 84 ਤੋਂ ਬਾਅਦ ਕੀ ਹੋਇਆ, ਬਹੁਤ ਘੱਟ ਹੀ। ਆਹ ਹੁਣ ਪਤਾ ਲੱਗਦਾ ਬੱਚਿਆਂ ਨੂੰ ਕਿ ਆਹ ਘਟਨਾ ਹੋਣ ਦੇ ਨਾਲ ਜਿਹੜੀ ਏਡੀ ਵੱਡੀ ਹੋਈ 84 ਦੇ ਵਿੱਚ ਵੀ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ ਆ, ਜਿਹੜੀਆਂ ਦੋਏ ਰਾਏ ਨਹੀਂ ਹੈਗੀਆਂ। ਅੱਜ ਵੀ ਇੱਕ ਮੈਂ ਵੀਡੀਓ ਦੇਖਦਾ ਸੀ, ਫੇਕ ਪੱਤਰਕਾਰ ਆ ਕੇ ਉੱਥੇ ਕਲਿੱਪ ਲੈਂਦੇ ਆ ਉਹਨਾਂ ਜਗ੍ਹਾ ਦਾ ਜਿੱਥੇ ਘੱਟ ਬੰਦੇ, ਉਹ ਇਹ ਸ਼ੋਅ ਕਰਨਾ ਚਾਹੁੰਦੇ ਵੀ ਦੇਖੋ ਜੀ ਇਹਨਾਂ ਦਾ ਸੰਘਰਸ਼ ਫੇਲ ਹੋ ਗਿਆ, ਵੀ ਇੱਥੇ ਤਾਂ ਕੋਈ ਹੈ ਨਹੀਂ ਗਾ। ਉਹ ਬੰਦੇ ਫੜੇ ਗਏ ਆ, ਉਹਨਾਂ ਨੂੰ ਕਿਸਾਨ ਯੂਨੀਅਨ ਵਾਲੇ ਸਾਰੇ ਬੰਦੇ ਪੁੱਛ ਰਹੇ ਆ, ਉਹਨਾਂ ਦੀ ਚੈਟਿੰਗ ਤੋਂ ਪਤਾ ਲੱਗਦਾ ਵੀ ਇੱਥੇ ਜੇ ਕੋਈ ਕਾਂਡ ਹੋ ਗਿਆ ਤਾਂ ਛੇਤੀ ਮੁੜਿਆ ਉਹ। ਇਹ ਸਰਕਾਰ ਮਾੜੇ ਹੱਥ ਕੰਡੇ ਵਰਤਦੀਆਂ। ਇੱਕ ਆਪਣਾ ਇੱਕ ਨੌਜਵਾਨ ਹੁਣ ਛੁੱਟ ਗਿਆ, ਕਹਿੰਦਾ ਵੀ ਆਪਣੇ ਕਾਫੀ ਬੰਦੇ ਜੇਲ੍ਹਾਂ ਦੇ ਵਿੱਚ ਆ। ਉੱਥੇ ਗੱਲ ਏਦਾਂ ਹੈਗੀ ਆ ਵੀ ਆਪਣੇ ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਆ। ਨਵਦੀਪ ਕੌਰ, ਹੋਰ ਆਪਣੇ ਕਿੰਨੇ ਬੱਚੇ ਫੜੇ ਆ, ਜਿਹੜੇ ਇੱਕ ਹੋਰ ਭੈਣ ਨੂੰ ਫੜਿਆ, ਦੀਸ਼ਾ ਨੂੰ ਫੜਿਆ, ਤੇ ਦੱਸੋ ਉਹਨਾਂ ਨੂੰ ਐਵੇਂ ਖਾ ਮਖਾਈ ਖਾਲਿਸਤਾਨ ਦੇ ਮੁੱਦੇ ਨਾਲ ਜੁੜ ਜਾਂਦੇ, ਔਰ ਟੂਲ ਵਰਤ ਲਿਆ, ਫਲਾਨਾ ਵਰਤ ਲਿਆ। ਇਸ ਕਰਕੇ ਮੈਂ ਤਾਂ ਇਹ ਕਹਿੰਦਾ ਵੀ ਜੇ ਸਰਕਾਰ ਚੰਗਾ ਚਾਹੁੰਦੀ ਆ, ਇਹਨਾਂ ਦੇ ਜਿੰਨੇ ਬਿੱਲ ਆ ਜਿੰਨੀ ਛੇਤੀ ਰੱਦ ਕਰਦੇ ਤਾਂ ਉਹਨਾਂ ਦਾ ਵੀ ਭਲਾ ਤੇ ਸਾਡੇ ਕਿਸਾਨਾਂ ਦਾ ਵੀ ਭਲਾ ਜੀ। ਜੀ ਲਾਲ ਸਿੰਘ ਜੀ, ਇੱਕ ਚੀਜ਼ ਹੋਰ ਉੱਥੇ ਦੇਖਣ ਨੂੰ ਮਿਲੀ ਸੀਗੀ ਕਿ ਆਪਣੇ ਅਕਸਰ ਗੁਰੂ ਘਰਾਂ ਦੇ ਵੀ ਫੰਕਸ਼ਨ ਹੁੰਦੇ ਨੇ ਤਾਂ ਵੱਖਰੇ ਵੱਖਰੇ ਉੱਥੇ ਯੂਥ ਸਾਰੇ ਜੁੜਦੇ ਨੇ, ਪਰ ਉੱਥੇ ਆਪਾਂ ਨੂੰ ਜਿੱਥੇ ਨੌਜਵਾਨ ਆਪਣੇ ਕਮਿਊਨਿਟੀ ਦੇ ਸੀਗੇ ਉੱਥੇ ਹੋਰ ਵੀ ਕਮਿਊਨਿਟੀ ਦੇ ਨੌਜਵਾਨ, ਹੋਰ ਵੀ ਵਰਗ ਦੇ ਨੌਜਵਾਨ ਜਿਹੜੇ ਸੀਗੇ ਉਹਨਾਂ ਨੇ ਵੀ ਪੂਰਾ ਵੱਧ ਚੜ੍ਹ ਕੇ ਨਾਲ ਹਿੱਸਾ ਲਿਆ। ਹਾਂਜੀ, ਉੱਥੇ ਜਿੱਦਾਂ ਸਾਡੇ ਕਾਲਜਾਂ ਦੇ ਬੱਚੇ ਆਪਣੇ ਨਾਲ ਦੇ ਜਿਹੜੇ ਇੱਥੇ ਦੇ ਬੱਚੇ ਆ, ਅਮੈਰੀਕਨ ਬੋਰਨ ਅਮੈਰੀਕਨ ਬੱਚੇ ਆ ਜਿਹੜੇ, ਉਹ ਵੀ ਨਾਲ ਆਇਆ ਸੀ, ਕਿਉਂਕਿ ਸਾਡੇ ਬੱਚੇ ਜਿਹੜੇ ਆਪਣੇ ਕਾਲਜਾਂ ਦੇ ਬੱਚੇ ਉਹਨਾਂ ਨੂੰ ਐਕਸਪਲੇਨ ਕਰਦੇ ਆ ਵੀ ਸਾਡਾ ਪ੍ਰੋਟੈਸਟ ਕਾਹਦੇ ਵਾਸਤੇ ਆ। ਉੱਥੇ ਅਸੀਂ ਇੱਕ 500 ਫਲਾਇਰ ਬਣਾਇਆ ਸੀ, ਉਹ ਵੀ ਲੋਕਾਂ ਨੂੰ ਕਾਫੀ ਡਿਸਟ੍ਰੀਬਿਊਟ ਕੀਤਾ ਵੀ ਇਹ ਮੁਜ਼ਾਹਰਾ ਕਿਉਂ ਆ, ਕਾਹਦੇ ਕੀਤਾ ਜਾਂਦਾ, ਕਿਹੜੀ ਜਗ੍ਹਾ ਹੈ, ਸਾਨੂੰ ਕੀ ਤਕਲੀਫ ਆ। ਤੁਸੀਂ ਇੱਥੇ ਜਿਹੜੇ ਲੋਕ ਜਿਹੜੇ ਇੰਨੇ ਕੁ ਓਨਸਲੀ ਆ, ਜੇ ਉਹਨਾਂ ਨੂੰ ਕੋਈ ਗੱਲ ਸਮਝਾਉਂਦੇ ਆ ਉਹ ਤੁਹਾਡੀ ਗੱਲ ਦੇ ਨਾਲ ਸਹਿਮਤ ਹੁੰਦੇ ਆ। ਆਵੇ ਸਰਕਾਰਾਂ ਨੂੰ ਇਹ ਨਹੀਂ ਕੁਛ ਕਰਨਾ, ਜਿਹੜਾ ਕਿ ਹਰ ਇੱਕ ਇਨਸਾਨ ਦਾ ਮਨੁੱਖੀ ਅਧਿਕਾਰ ਹੈ ਕਿ ਆਪਣੇ ਹੱਕ ਲਈ ਲੜਨਾ, ਪੀਸਫੁਲੀ ਹੋ ਕੇ ਲੜਨਾ। ਕੋਈ ਉੱਥੇ ਜੀਰੋ ਵਾਇਲੈਂਸ ਆ, ਦੇਖ ਲਓ ਕਿੰਨੇ ਇਕੱਠ ਹੋਏ ਆ। ਇਸ ਕਰਕੇ ਸਰਕਾਰਾਂ ਨੂੰ ਥੋੜੀ ਬਹੁਤ ਸਮਝ ਕਰਨੀ ਚਾਹੀਦੀ ਹੈ ਜੀ। ਜੀ ਹਾਂਜੀ ਭਾਜੀ ਜੀ, ਲਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਵਾਸਤੇ, ਅੱਜ ਵਾਸਤੇ ਵੀ ਤੇ ਉਦਣ ਵਾਸਤੇ ਵੀ ਤੇ ਆਉਣ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕਿਤੇ ਵੀ ਜਿੱਥੇ ਕਿਤੇ ਵੀ ਨੌਜਵਾਨਾਂ ਨੂੰ ਲੋੜ ਹੈ ਜਾਂ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਵੀ ਲੋੜ ਹੈ, ਜਸ ਪੰਜਾਬੀ ਹਮੇਸ਼ਾ ਨਾਲ ਹੈ ਜੀ, ਤੇ ਤੁਹਾਡੇ ਨਾਲ ਵੀ ਆ ਤੇ ਤੁਸੀਂ ਵੀ ਸਾਰਿਆਂ ਦੇ ਨਾਲ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦਰਸ਼ਕੋ, ਜਿਸ ਤਰ੍ਹਾਂ ਕਿ ਸਾਡੇ ਕਮਿਊਨਿਟੀ ਦੇ ਇੱਕ ਨੁਮਾਇੰਦੇ ਨੇ ਲਾਲ ਸਿੰਘ ਜੀ, ਜਿਨ੍ਹਾਂ ਨੇ ਸੇਵਾ ਨਿਭਾਈ ਅੱਜ ਦੀ ਇਸ ਜਿਹੜੀ ਗੱਲਬਾਤ ਕਰਨ ਦੀ, ਕਿ ਪ੍ਰੋਗਰਾਮ ਬਾਰੇ ਦੱਸਿਆ ਉਹਨਾਂ ਨੇ ਕਾਫੀ ਕੁਛ, ਤੇ ਜਿਸ ਤਰ੍ਹਾਂ ਤੁਸੀਂ ਫੁਟੇਜ ਦੇ ਵਿੱਚ ਵੀ ਕਾਫੀ ਜਿਹੜੀਆਂ ਤੁਹਾਨੂੰ ਦਿਖਾਈਆਂ ਉਹਦੇ ਵਿੱਚ ਵੀ ਤੁਸੀਂ ਸਾਰਾ ਕੁਛ ਦੇਖ ਲਿਆ। ਪਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਇੱਕ ਵਾਰ ਕਿ ਆਪਣੇ ਦੇਸ਼ ਬਾਰੇ, ਇੱਥੋਂ ਦੇ ਜਿਹੜੇ ਬੋਰਨ ਨੌਜਵਾਨ ਨੇ ਉਹ ਇੱਥੋਂ ਦੇ ਬੋਰਨ ਨੌਜਵਾਨ ਨੇ ਜਿਹੜੇ ਜਿਨ੍ਹਾਂ ਦਾ ਕਿ ਜਿੱਥੋਂ ਤੁਸੀਂ ਬੋਰਨ ਹੁੰਦੇ ਆ ਦੇਸ਼ ਉਹੀ ਹੋ ਜਾਂਦਾ ਹੈ, ਪਰ ਨਹੀਂ, ਉਹ ਕਹਿੰਦੇ ਨਹੀਂ ਸਾਡਾ ਦੇਸ਼ ਉਹ ਵੀ ਆ ਜਿੱਥੋਂ ਸਾਡੇ ਪੇਰੈਂਟਸ ਆਏ ਆ, ਅਤੇ ਅਸੀਂ ਉਹਨਾਂ ਦੀ ਵੀ ਸਪੋਰਟ ਕਰਨੀ ਆ, ਅਤੇ ਉਹ ਵੀ ਹੁਣ ਉਸ ਮੋਰਚੇ ਦੇ ਨਾਲ ਜੁੜ ਚੁੱਕੇ ਨੇ। ਤਾਂ ਉਸ ਦੇ ਨਾਲ ਨਾਲ ਉਹ ਇਸ ਪ੍ਰੋਟੈਸਟ ਦੇ ਵਿੱਚ, ਇਸ ਕਾਰ ਰੈਲੀ ਦੇ ਵਿੱਚ ਜਿੱਥੇ ਦੇਖਣ ਨੂੰ ਮਿਲਿਆ ਕਿ ਸਾਡੇ ਲੋਕਲ ਕਮਿਊਨਿਟੀ ਦੇ ਬੱਚੇ ਸੀਗੇ, ਉੱਥੇ ਹੀ ਦੂਸਰੇ ਵਰਗ ਦੇ ਵੀ ਬੱਚੇ ਸੀਗੇ ਕਾਫੀ। ਹੁਣ ਤੁਸੀਂ ਦੇਖ ਵੀ ਨਹੀਂ ਸਕਦੇ ਇੱਕ ਜਗ੍ਹਾ ਤੋਂ, ਕਿਉਂਕਿ ਬਾਰਿਸ਼ ਦਾ ਮਾਹੌਲ ਹੋ ਗਿਆ ਸੀਗਾ, ਅਤੇ ਕਾਫੀ ਲੋਕ ਆਪਣੀਆਂ ਗੱਡੀਆਂ 'ਚ ਬੈਠ ਗਏ ਸੀਗੇ, ਅਤੇ ਜਿੰਨੀ ਕੁ ਵੀ ਆਪਾਂ ਤੁਹਾਨੂੰ ਦਿਖਾ ਸਕੇ ਹਾਂ ਦਿਖਾਈ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਹੋਰ ਵੀ ਰੈਲੀਆਂ ਕਰਨੀਆਂ ਨੇ, ਹੋਰ ਵੀ ਵੱਡੇ ਲੈਵਲ 'ਤੇ ਕਰਨਗੇ। ਇਹ ਕਹਿੰਦੇ ਨੇ ਕਿ ਜੇ ਇਹ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਅਸੀਂ ਇਸੇ ਤਰ੍ਹਾਂ ਕਿਸਾਨਾਂ ਦੇ ਨਾਲ ਹਾਂ, ਅਤੇ ਕਹਿੰਦੇ ਨੇ ਹੋ ਸਕਿਆ ਤਾਂ ਅਸੀਂ ਉੱਥੇ ਵੀ ਇੱਕ ਆਪਣਾ ਗਰੁੱਪ ਲੈ ਕੇ ਜਾਵਾਂਗੇ, ਇੱਕ ਆਪਣੀ ਆਵਾਜ਼ ਉੱਥੇ ਜਾ ਕੇ ਉਠਾਵਾਂਗੇ। ਅਤੇ ਜਿਸ ਤਰ੍ਹਾਂ ਤੁਸੀਂ ਦਰਸ਼ਕੋ, ਤੁਸੀਂ ਸਾਡੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਦੇਖਦੇ ਹੋ ਕਿ ਸਾਡੇ ਇੱਥੋਂ ਦੀ ਟੀਮ ਵੀ ਗਈ ਹੋਈ ਹੈ ਉੱਥੇ ਬਾਰਡਰ ਦੇ ਉੱਤੇ, ਜਿਹਦੇ ਵਿੱਚ ਤੁਸੀਂ ਸਾਡੇ ਛੋਟੇ ਵੀ ਡਾਕਟਰ ਸਵੈਮਾਨ ਪੱਖੋਕੇ ਨੂੰ ਦੇਖਦੇ ਹੋ ਹਮੇਸ਼ਾ ਐਵਰੀ ਡੇ, ਵੱਖਰੇ ਵੱਖਰੇ ਜਿਹੜੇ ਉੱਥੇ ਗਲਤ ਅੰਸਰ ਆਉਂਦੇ ਨੇ, ਗਲਤ ਕੰਮ ਹੁੰਦੇ ਨੇ,
ਉੱਥੇ ਗਲਤ ਵੀਡੀਓਜ਼ ਵਾਇਰਲ ਕੀਤੀਆਂ ਜਾਂਦੀਆਂ ਨੇ, ਬਹੁਤ ਕੁਛ ਜਿਹੜਾ ਹੈਗਾ ਵਾ ਦਿਖਾਇਆ ਜਾਂਦਾ ਹੈ ਕਈ ਮੀਡੀਆ ਦੇ ਉੱਤੇ ਕਿ ਜਿਹੜਾ ਕਿ ਉਹ ਸੱਚ ਨਹੀਂ ਹੈ। ਪਰ ਤੁਸੀਂ ਜਦੋਂ ਜਸ ਪੰਜਾਬੀ ਦੇ ਕਈ ਪ੍ਰੋਗਰਾਮ ਦੇਖਦੇ ਹੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਪੂਰੀ ਕਵਰੇਜ ਸਾਡੇ ਇੱਥੋਂ ਸਾਡੇ ਸਟੂਡੀਓ ਤੋਂ ਵੀ, ਨਿਊਯਾਰਕ ਤੋਂ ਸਾਡੇ ਅਸ਼ਮਿਤਾ ਯੋਗੀ ਰਾਜ ਜੀ ਵੀ ਉੱਥੇ ਗਏ ਅਤੇ ਉਹਨਾਂ ਨੇ ਕਾਫੀ ਸਮਾਂ ਉੱਥੇ ਸੇਵਾ ਕੀਤੀ। ਤੁਸੀਂ ਉਹਨਾਂ ਨੂੰ ਵੀ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਇੱਥੋਂ ਦੇ, ਉਹ ਵੀ ਇੱਥੋਂ ਦੇ ਯੂਥ ਨੇ ਆਪਾਂ ਕਹਾਂਗੇ ਕਿ ਉਹ ਵੀ ਇੱਕ ਇੱਥੋਂ ਦੇ ਯੂਥ ਪੂਰਾ ਉਸ ਟੀਮ ਦੇ ਨਾਲ ਜਾ ਕੇ ਜੁੜੇ ਉਸ ਬਾਰਡਰ ਦੇ ਉੱਤੇ ਅਤੇ ਇੱਕ ਸੇਵਾ ਕੀਤੀ ਅਤੇ ਉੱਥੋਂ ਦੀ ਜੋ ਸੱਚ ਸੀਗਾ ਪੂਰੀ ਭੀੜ ਭੜੱਕੇ ਦੇ ਵਿੱਚ ਜਿੱਥੇ ਜਿੱਥੇ ਵੀ ਇੱਕ ਹਿੰਮਤ ਵਾਲਾ ਬੰਦਾ ਹੀ ਜਾ ਸਕਦਾ ਉੱਥੇ ਜਾ ਕੇ ਵੀ ਉਹਨਾਂ ਨੇ ਵੱਖਰੀਆਂ ਵੱਖਰੀਆਂ ਕਵਰੇਜ ਦਿਖਾਈਆਂ ਨੇ ਸਾਡੇ ਇਸ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਵੀ ਲੋੜ ਪਏਗੀ ਸਾਡੇ ਦੇਸ਼ ਨੂੰ, ਸਾਡੇ ਪੰਜਾਬ ਨੂੰ ਜਾਂ ਸਾਡੀ ਕਮਿਊਨਿਟੀ ਨੂੰ, ਅਤੇ ਸਾਡਾ ਪਰਿਵਾਰ ਜਸ ਪਰਿਵਾਰ ਹਮੇਸ਼ਾ ਤੁਹਾਡੇ ਨਾਲ ਹੈ, ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹੈ। ਸਾਨੂੰ ਯਾਦ ਜ਼ਰੂਰ ਕਰਿਆ ਕਰੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਜੁੜ ਕੇ ਤੁਸੀਂ ਤੁਹਾਡਾ ਕੋਈ ਵੀ ਈਵੈਂਟ ਹੈਗਾ ਵਾ, ਕਿਸੇ ਵੀ ਤਰੀਕੇ ਦਾ ਕੋਈ ਬਿਜ਼ਨਸ ਹੈਗਾ ਵਾ, ਤੁਹਾਡਾ ਕੁਛ ਵੀ ਸਪੋਰਟਸ ਈਵੈਂਟਸ ਨੇ, ਚਲੋ ਅੱਜ ਕੱਲ੍ਹ ਤਾਂ ਥੋੜ੍ਹਾ ਜਿਹਾ ਗੈਦਰਿੰਗਸ ਘੱਟ ਨੇ ਜਾਂ ਹੋਰ ਕੁਛ, ਪਰ ਫਿਰ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ ਜਾਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਜਿਸ ਤਰ੍ਹਾਂ ਯੂਥ ਦਾ ਪ੍ਰੋਗਰਾਮ ਸੀਗਾ, ਇੱਕ ਰੈਲੀ ਸੀਗੀ ਕਿਸਾਨਾਂ ਦੇ ਪੱਖ ਦੇ ਵਿੱਚ, ਉਹਨਾਂ ਨੇ ਸਾਨੂੰ ਅਪਰੋਚ ਕੀਤਾ ਅਤੇ ਅਸੀਂ ਜਿੱਥੇ ਤੱਕ ਹੋ ਸਕੀ ਆਪਣੀ ਸੇਵਾ ਨਿਭਾਈ ਉਹਨਾਂ ਬੱਚਿਆਂ ਦੀ ਜਿਹੜੀ ਕੀਤੀ ਹੋਈ ਮਿਹਨਤ ਨੂੰ ਆਪਣੇ ਜਸ ਪਰਿਵਾਰ ਦੇ ਮਾਧਿਅਮ ਰਾਹੀਂ ਪੂਰੀ ਦੁਨੀਆ ਤੱਕ ਦਿਖਾਇਆ। ਇਹ ਜਿਹੜਾ ਪ੍ਰੋਗਰਾਮ ਅੱਜ ਤੁਸੀਂ ਦੇਖਿਆ ਹੈ, ਦਰਸ਼ਕਾਂ ਨੂੰ ਬਹੁਤਿਆਂ ਨੂੰ ਪਤਾ ਹੁੰਦਾ, ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਦੁਨੀਆ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਯੂਨਾਈਟਿਡ ਕਿੰਗਡਮ, ਆਲ ਓਵਰ, ਈਵਨ ਇੰਡੀਆ, ਪਾਕਿਸਤਾਨ, ਸਾਰੇ ਮੁਲਕਾਂ ਦੇ ਵਿੱਚ ਇਹਦਾ ਪ੍ਰਸਾਰਣ ਹੋਵੇਗਾ ਅਤੇ ਇਹ ਜਿਹੜੀ ਆਵਾਜ਼ ਹੈ ਪੂਰੀ ਦੁਨੀਆ ਤੱਕ ਪਹੁੰਚੇਗੀ ਕਿ ਅਮੈਰੀਕਾ ਦੇ ਵਿੱਚ ਜਿਹੜੇ ਯੂਥ ਨੇ, ਜਿਹੜੇ ਨੌਜਵਾਨ ਨੇ, ਉਹ ਇਕੱਠੇ ਹੋ ਗਏ ਨੇ ਕਿਸਾਨਾਂ ਦੀ ਸਪੋਰਟ ਦੇ ਵਿੱਚ, ਉਹਨਾਂ ਦੇ ਸਹਿਯੋਗ ਦੇ ਵਿੱਚ, ਅਤੇ ਉਹਨਾਂ ਦੀ ਹੱਲਾਸ਼ੇਰੀ ਆਪਾਂ ਇਸੇ ਤਰ੍ਹਾਂ ਦਿੰਦੇ ਹਾਂ ਅਤੇ ਦਿੰਦੇ ਵੀ ਰਹਾਂਗੇ। ਅਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਫਿਲਾਡਲਫੀਆ ਦੇ ਵਿੱਚ ਜਿਹੜੀ ਇਹ ਵਿਸ਼ਾਲ ਕਿਸਾਨ ਰੈਲੀ ਹੋਈ ਹੈ, ਜਿਹੜੀ ਕਿ ਨੌਜਵਾਨਾਂ ਵੱਲੋਂ ਆਯੋਜਿਤ ਕੀਤੀ ਗਈ ਸੀ, ਜਿਹੜੀ ਕਿ ਅਮੈਰੀਕਾ ਦੀ ਪਹਿਲੀ ਜਿਹੜੀ ਰੈਲੀ ਸੀਗੀ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਸਹਿਯੋਗ ਦੇ ਵਿੱਚ ਜਿਹੜੀ ਕੀਤੀ ਗਈ ਸੀਗੀ। ਅਤੇ ਇਹ ਵੀ ਇੱਕ ਇਤਿਹਾਸ, ਜਿਸ ਤਰ੍ਹਾਂ ਕਿ ਭਾਈ ਸਾਹਿਬ ਹੁਣੀ ਕਹਿ ਰਹੇ ਸੀਗੇ ਕਿ ਇੱਕ ਇਤਿਹਾਸ ਜਿਹੜਾ ਬਣ ਜਾਏਗਾ ਕਿ 2020-21 ਦੇ ਵਿੱਚ ਇੱਦਾਂ ਇੱਦਾਂ ਹੋਇਆ ਸੀਗਾ ਅਤੇ ਉਸ ਦੇ ਵਿੱਚ ਐਡੀ ਲੰਬੀ ਵਿਸ਼ਾਲ ਰੈਲੀ ਚੱਲੀ ਸੀਗੀ ਜਿਸ ਦੇ ਵਿੱਚ ਪੂਰੀ ਦੁਨੀਆ ਨੇ ਸਪੋਰਟ ਕੀਤੀ ਸੀ, ਪੂਰੇ ਦੁਨੀਆ ਦੇ NRIs ਨੇ ਸਪੋਰਟ ਕੀਤੀ ਸੀਗੀ ਆਪਣੇ ਦੇਸ਼ ਦੇ ਕਿਸਾਨਾਂ ਦੀ। ਤਾਂ ਉੱਥੇ ਹੀ ਆਪਣੇ ਦੇਸ਼ ਦੇ ਕਿਸਾਨਾਂ ਦੀ ਸਪੋਰਟ ਕੀਤੀ ਸੀਗੀ NRI ਨੌਜਵਾਨਾਂ ਨੇ ਵੀ, ਅਤੇ ਮੈਂ ਵੀ ਆਪਣੇ ਇਹਨਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਸ ਪਰਿਵਾਰ ਵੱਲੋਂ ਅਤੇ ਆਪਣੇ ਵੱਲੋਂ ਅਤੇ ਸਾਡੀ ਲੋਕਲ ਫਿਲਾਡਲਫੀਆ ਕਮਿਊਨਿਟੀ ਦੀ ਸਾਰੀ ਸੰਗਤ ਵੱਲੋਂ ਅਤੇ ਦੋਨੇ ਗੁਰੂ ਘਰਾਂ ਵੱਲੋਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਹੋਰ ਵੀ ਕਿਸੇ ਦਾ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਆਪਣੇ ਬਿਜ਼ਨਸ ਨੂੰ, ਆਪਣੇ ਈਵੈਂਟਸ ਨੂੰ, ਹੋਰ ਵੀ ਕਿਸੇ ਤਰ੍ਹਾਂ ਦੀ ਤੁਹਾਡੇ ਕੋਲ ਨੌਲੇਜ ਹੈਗੀ ਆ, ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਨਿਊਜ਼ ਹੈਗੀ ਆ, ਕੁਛ ਵੀ ਹੈਗਾ ਆ, ਤੁਸੀਂ ਸਾਡੇ ਮਾਧਿਅਮ ਰਾਹੀਂ, ਸਾਡੇ ਜਸ ਪਰਿਵਾਰ TV ਦੇ ਮਾਧਿਅਮ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਸੋ ਅੱਜ ਦੇ ਲਈ ਇੰਨਾ ਹੀ ਸੀਗਾ ਅਤੇ ਵੇਲਾ ਹੋ ਚੱਲਿਆ ਤੁਹਾਡੇ ਨਾਲ, ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਆਪਣੀ ਸਿਹਤ ਦਾ ਰੱਖੋ ਧਿਆਨ, ਰੱਬ ਰੱਖਾ।